ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਸਤਿਗੁਰ ਮਮ ਬੇੜੀ ਕਟੋ ਨਿਜ ਬੇੜੀ ਪਰਚਾਰ ਇਸ ਬੇਰੀ ਹੋਏ ਭਲ ਸਫਲ ਬਿਨ ਬੇਰੀ ਕਰ ਪਾਰ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਸੀਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਹੁਣ ਸ਼ਰੋਨਨ ਮਹਿ ਸਮਝਿਆ ਹਿਰਦੈ ਅਸਦ ਦਰਾਏ ਰਹੇ ਨ ਕੈਸੇ ਸਦਨ ਮੈਂ ਕਰੇ ਜਿਆਨ ਕਿਉ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਜੋ ਗੁਰੂ ਸਵਾਰੀ ਸਾਧ ਸੰਤ ਜੀ ਸਤਸੰਗੀ ਪ੍ਰੇਮੀਓ ਮਨ ਵਿਅਕਤੀਆਂ ਨੂੰ ਉਗਾਗਰ ਕਰੀਏ ਜਿਸ ਪ੍ਰਕਾਰ ਆਪ ਅੰਮ੍ਰਿਤਮਈ ਬਾਣੀ ਰਾਗੀ ਸਿੰਘਾਂ ਦੀ ਰਸਨਾ ਤੋਂ ਉਚਾਰ ਹੋ ਰਹੀ ਸੀ ਰਸ ਮਾਣ ਰਹੇ ਸੀ ਮੈਂ ਬੌਰੀ ਮੇਰਾ ਰਾਮ ਪਤਾ ਰਚ ਰਚ ਤਾ ਕੋ ਕਰੋ ਸ਼ਿੰਗਾਰ ਦੁਨੀਆਂ ਦੇ ਅੰਦਰ ਵਾਹਿਗੁਰੂ ਦੀ ਬੜੀ ਅਚਰਜ ਖੇਡ ਹੈ ਸਾਰਿਆਂ ਦੇ ਜਿਹੜੇ ਖਿਆਲ ਨੇ ਇੱਕੋ ਜਿਹੇ ਨਹੀਂ ਕੁਛ ਐਸੇ ਬੰਦੇ ਨੇ ਜਿਹੜੇ ਖਾਣ ਪੀਣ ਚ ਰੁਚੀ ਰੱਖਦੇ ਕਹਿੰਦੇ ਵੀ ਖਾਣ ਪੀਣ ਨੂੰ ਚੰਗਾ ਮਿਲੇ ਪਹਿਨਣ ਨੂੰ ਚਾਹੇ ਮਿਲੇ ਚਾਹੇ ਨਾ ਮਿਲੇ ਇੱਕ ਕਹਿੰਦੇ ਆ ਵੀ ਖਾਧਾ ਪੀਤਾ ਕਿਸੇ ਨੇ ਦੇਖਣਾ ਭਾਵੇਂ ਘਰ ਸੁੱਕੀ ਮਿਲੀ ਜਾਵੇ ਪਹਿਨਣ ਨੂੰ ਸੋਹਣਾ ਚਾਹੀਦਾ ਲੋਕ ਦੇਖਣਗੇ ਤਾਂ ਤੁਸੀਂ ਹਾਂ ਹੈਗਾ ਉਹਨਾਂ ਆਪੋ ਆਪਣੀ ਰੁਚੀ ਹੈ ਰਚ ਰਚ ਤਾਕੋ ਕਰੋ ਸ਼ਿੰਗਾਰ ਕਿਸੇ ਨੂੰ ਨੱਚਣ ਦੀ ਸਤਸੰਗ ਦੀ ਰੁਚੀ ਹੈ ਬਹੁਤ ਸਾਰੀਆਂ ਸੰਸਾਰ ਦੇ ਅੰਦਰ ਉਹ ਜੀਵ ਹਮ ਖਿਆਲੀ ਇਕੱਠੇ ਹੋ ਕੇ ਬਹੁਤ ਪ੍ਰਸੰਨ ਰਹਿੰਦੇ ਹਨ ਜੇ ਕੋਈ ਖਾਣ ਪੀਣ ਦੇ ਜਿਹੜੇ ਸ਼ੌਕੀ ਨੇ ਉਹ ਖਾਣ ਪੀਣ ਵਾਲਿਆਂ ਦੇ ਨਾਲ ਰਲਣਾ ਚਾਹੁੰਦੇ ਹੈ ਜਿਹੜੇ ਪਹਿਨਣ ਦੇ ਸ਼ੌਕੀ ਨੇ ਉਹ ਪਹਿਨਣ ਵਾਲਿਆਂ ਦੇ ਨਾਲ ਜੈਸਾ ਜੈਸਾ ਕੋਈ ਹੈ ਉਹ ਆਪਣੀ ਸੰਗਤ 'ਤੇ ਜਾਂਦਾ ਹੈ ਜਿਹੜਾ ਕੋਈ ਸਤਸੰਗਤ ਦਾ ਪ੍ਰੇਮੀ ਹੈ ਉਹ ਆਪਣੇ ਵਿੱਚ ਆ ਕੇ ਸਤਿਗੁਰੂ ਜੀ ਮਿਲ ਪਵੇ ਇਸੇ ਤਰ੍ਹਾਂ ਸਤਿਗੁਰੂ ਜੀ ਵਾਹਿਗੁਰੂ ਦੀ ਬੜੀ ਅਚਰਜ ਕਥਾ ਹੈ ਭਗਤਾਂ ਦੀ ਸਾਰ ਲੈਣੀ ਉਹਨਾਂ ਦੇ ਦੁੱਖ ਸੁੱਖ ਸੁਣ ਕੇ ਉਹਨਾਂ ਨੂੰ ਭਗਤੀ 'ਚ ਲਾਉਣਾ ਸਾਧਨ ਕਰਾਉਣੇ ਇਹ ਤਾਂ ਧੁਰ ਤੋਂ ਆ ਰਿਹਾ ਹੈ ਵਾਹਿਗੁਰੂ ਉਪਦੇਸ਼ ਦਿੰਦਾ ਹੈ ਗੁਰਾਂ ਦੇ ਬਹਾਨੇ ਲੇਕਿਨ ਕੁਝ ਪਰਤ ਪੱਖੀ ਨੇ ਜਿਹੜੇ ਪਰਮੇਸ਼ਰ ਦੇ ਵਿਰੋਧੀ ਰਨਾਕਸ ਵਰਗੇ ਉਹਨਾਂ ਨੂੰ ਦੰਡ ਦੇਣ ਵਾਸਤੇ ਸਤਿਸੰਗ ਉਹਨਾਂ ਦੇ ਨੇੜੇ ਹੁੰਦਾ ਹੈ ਪਰ ਬਲਿਹਾਰ ਜਾਈਏ ਜਿਹੜੇ ਲੋਕ ਸ਼ਿੰਗਾਰ ਵਿੱਚ ਰੁਚੀ ਰੱਖ ਕੇ ਨੱਚਣ ਵਾਲੇ ਲੋਕ ਦੀ ਨਾ ਉਹਨਾਂ ਨੂੰ ਵੀ ਭਗਵਾਨ ਨੇ ਤਾਰ ਦਿੱਤਾ ਉਹਨਾਂ ਤੇ ਵੀ ਕਿਰਪਾ ਦਿੱਤੀ ਦੁਆਪਰ ਦੇ ਅੰਦਰ ਕ੍ਰਿਸ਼ਨ ਅਵਤਾਰ ਧਾਰ ਕੇ ਥੋੜਾ ਨਾਚ ਨੱਚਿਆ ਹੁਣ ਤੱਕ ਰਾਸਾਂ ਪੈ ਰਹੀਆਂ ਹਨ
ਕਿ ਇਹ ਨਿਰਤਕਾਰੀ ਦੇ ਅੰਦਰ ਰੁਚੀ ਰੱਖਦੇ ਹਨ। ਮੈਂ ਇਹਨਾਂ ਨੂੰ ਨੱਚ ਕੇ ਦਿਖਾ ਦਿਆਂ, ਮੇਰੇ ਤੇ ਮੋਹ ਤਾਂ ਹੋ ਜਾਣਗੇ ਨਾ। ਜੇ ਵਾਹਿਗੁਰੂ ਨੱਚਦਾ ਹੈ ਉਹਦੇ ਤੇ ਤੁਸੀਂ ਮੋਹਤ ਹੋ ਗਏ, ਤੁਹਾਡੀ ਕਲਿਆਣ ਹੈ। ਜੇ ਵਾਹਿਗੁਰੂ ਸਮਾਧੀ ਲਾਈ ਭਗਤੀ ਚ ਬੈਠਾ ਹੈ ਤਾਂ ਸਤਸੰਗੀ ਤੁਹਾਡਾ ਧਿਆਨ ਉੱਧਰ ਹੈ, ਤੁਹਾਡੀ ਰੁਚੀ ਹੈ, ਤੁਹਾਡੀ ਕਲਿਆਣ ਹੈ। ਜਿਤਨੇ ਇਸ ਪ੍ਰਣਾਲੀ ਦੇ ਲੋਕ ਸੀ ਸਾਰੇ ਖਾਲਸਾ ਜੀ ਦੁਆਬਰ ਦੇ ਅੰਦਰ ਨਾਚ ਨਚਾ ਕੇ ਭਗਵਾਨ ਨੇ ਤਾਰ ਕੇ ਰੱਖ ਦਿੱਤੇ। ਇਸੇ ਤਰ੍ਹਾਂ ਮੈਂ ਬੌਰੀ ਮੇਰਾ ਰਾਮ ਪਤਾਰ, ਇਹਨੂੰ ਕਹਿੰਦੇ ਰੂਪ ਅਲੰਕਾਰ, ਪਤੀ ਸਤੀ ਦੁਆਰਾ ਜੋ ਉਹਨਾਂ ਦੇ ਸੰਬੰਧ ਨੇ ਵਾਹਿਗੁਰੂ ਨੂੰ ਅਕਾਲ ਪੁਰਖ ਅੰਤਰਜਾਮ ਨੂੰ ਆਪਣਾ ਪਤੀ ਸਮਝ ਕੇ ਇੱਕੋ ਪੁਰਖ ਸਵਾਈ ਨਾਲ ਆਪਾਂ ਸਾਰੇ ਇਸਤਰੀਆਂ ਮਨਿੰਦਾ ਹਾਂ। ਐਸੇ ਭਗਤ ਨਾਮਦੇਵ ਸਾਹਿਬ ਜੀ ਦੀ ਬਾਣੀ, ਸਤਸੰਗ ਜੀ, ਰਚ ਰਚ ਤਾਕੋ ਕਰੋ ਸ਼ਿੰਗਾਰ। ਕੀ ਸ਼ਿੰਗਾਰ ਵਿੱਚ ਰਚੀ ਹੋਈ ਹੈ ਬਿਰਤੀ? ਨਹੀਂ। ਜੇ ਬੀਬੀਆਂ ਸ਼ਿੰਗਾਰ ਲਾਉਂਦੀਆਂ ਉਹਨਾਂ ਦਾ ਸ਼ਿੰਗਾਰ ਵਿੱਚ ਧਿਆਨ ਨਹੀਂ, ਉਹਨਾਂ ਦਾ ਧਿਆਨ ਪਤੀ ਵਿੱਚ ਹੈ ਕਿ ਇਸ ਸ਼ਿੰਗਾਰ ਨੂੰ ਦੇਖ ਕੇ ਦੇਖੇਗਾ ਤਾਂ ਮੇਰਾ ਪਤੀ ਦੇਖੇਗਾ, ਉਹ ਪ੍ਰਸੰਨ ਹੋਵੇਗਾ। ਇਸੇ ਤਰ੍ਹਾਂ ਸਤਿ 16 ਸ਼ਿੰਗਾਰ ਮੰਨੇ ਹੈ। 16 ਕੀ ਹੈ? ਸ਼ਿੰਗਾਰ ਕੇ ਅੰਜਨ ਪਾਜਿਆ, ਆਹ ਸੁਰਮਾ ਪਾ ਕੇ ਤਾਂ ਅੱਖਾਂ ਸਭ ਨੂੰ ਮਟਕਾਉਣੀਆਂ ਆਉਂਦੀਆਂ, ਪਰ ਗਿਆਨ ਦਾ ਸੁਰਮਾ ਕੌਣ ਪਾਵੇ? ਪੈਕੀਆ ਦੇ ਸਲਾਈਆ ਨਾਣੀ, ਭਾਵਕਾ ਕਰਤੀ ਗਾਰ, ਤਾਂ ਸੁਹਾਗਣ ਜਾਣੀਏ ਲਾਗੀ, ਜਾ ਸੋ ਧਰੇ ਪਿਆਰ। ਐਸੀਆਂ ਸਤਸੰਗ ਜੀ ਸਲਾਈਆਂ ਲੈ ਕੇ ਕੌਣ ਪਾਵੇ ਇਹਨਾਂ ਚਕਸ਼ੂਆਂ ਦੇ ਅੰਦਰ ਜੋ ਬਰਾਗ ਦੇ ਵਿਵੇਕ ਦੇ ਨੇਤਰ ਹਨ, ਸੁਰਤੀ ਸਿਮਰਤੀ ਨੇਤਰ ਹਨ। ਐਸੇ ਨੇਤਰਾਂ ਦੁਆਰਾ ਹੀ ਉਹ ਪਤੀ ਪਰਮੇਸ਼ਰ ਦੇ ਸਤਸੰਗ ਜੀ ਦਰਸ਼ਨ ਹੁੰਦੇ। 16 ਸ਼ਿੰਗਾਰ ਮੰਨੇ ਹੈ, ਤੈ ਕਾਲੇ ਦੋ ਉਜਲੇ ਪਤਲੇ ਪੰਜ ਪ੍ਰਕਾਰ, ਚਾਰ ਕਠਨ ਦੋ ਚੀਕਨੇ, 16 ਇਹ ਸ਼ਿੰਗਾਰ। ਗੁਰੂ ਘਰ ਦੇ ਅੰਦਰ ਤੁਸੀਂ ਤੱਕ ਲਿਓ, ਤੈ ਕਾਲੇ ਦੋ ਉਜਲੇ, ਤਿੰਨ ਕਹਿੰਦੇ ਕਾਲੇ ਚਾਹੀਦੇ, ਅੱਖਾਂ ਵੀ ਕਾਲੇ ਰੰਗ ਦੀਆਂ ਹੋਣ, ਕੇਸ ਵੀ ਕਾਲੇ ਹੋਣ, ਕਿਉਂ? ਸੇਤੇ ਸੇਤੇ ਸਭ ਭਲੇ, ਸੇਤੇ ਭਲੇ ਨਾ ਕੇ, ਰਾਜਾ ਰੱਖੇ ਨਾ ਰਿਪ ਡਰੇ, ਤ੍ਰਿਆ ਕਰੇ ਨਾ ਵੇਦ। ਚਿੱਟੀਆਂ ਚਿੱਟੀਆਂ ਸਾਰੀਆਂ ਚੀਜ਼ਾਂ ਚੰਗੀਆਂ ਨੇ, ਕੇਸ ਕਹਿੰਦੇ ਚਿੱਟੇ ਨੀ ਚੰਗੇ। ਜੇ ਰਾਜੇ ਦੇ ਆ ਜਾਣ ਬੈਰੀ ਡਰਨ ਵੜ ਜਾਣ, ਰਾਜਾ ਬੁੜਾ ਹੋ ਗਿਆ, ਜੋ ਮਰਜ਼ੀ ਇੱਥੇ ਹਮਲਾ ਕਰ ਦਿਓ। ਬੀਬੀਆਂ ਵੀ ਹਿੱਤ ਕਰਨੋਂ ਹਟ ਜਾਂਦੀਆਂ, ਕਹਿੰਦੀ ਨਹੀਂ ਕੱਲ ਫਲਾ, ਨਹੀਂ ਨਹੀਂ ਮੈਂ ਤੇਰੇ ਨਾਲ ਤੁਰਨਾ। ਸੋ ਐਸੇ ਸਤਸੰਗ ਜੀ ਚਿੱਠੀਆਂ ਬਾਸੂਆਂ ਸਾਰੀਆਂ ਚੰਗੀਆਂ, ਕਹਿੰਦੇ ਕੇਸ ਨਹੀਂ ਚੰਗੇ। ਤੈ ਕਾਲੇ ਦੋ ਉਜਲੇ, ਗੰਦ ਤੇ ਨੌ ਇਹ ਉਜਲੇ ਚਾਹੀਦੇ। ਤੈ ਕਾਲੇ, ਇਸ ਨੇ ਤਿੰਨ ਕਾਲੇ। ਆਪਾਂ ਸਤਸੰਗ ਜੀ, ਮੈਂ ਬੌਰੀ, ਮੈਂ ਰਾਮ ਪਤਾਰ, ਰਜ ਰਜ ਟਾਕੋ ਕਰੋ ਸ਼ਿੰਗਾਰ। ਉਹਦੇ ਚ ਬਿਰਤੀ ਟਕਾ ਟਕਾ ਕੇ, ਇਹ ਬਿਰਤੀ ਸਤਸੰਗ ਜੀ ਜਿਹੜੀ ਭਾਸ਼ ਬਿਰਤੀ ਹੈ, ਸਾਖੀ ਚਿੱਤ ਨੂੰ ਜਿਹਨੇ ਪਤੀ ਨੇਚੇ ਕੀਤਾ ਹੈ, ਪ੍ਰਤੱਖ ਵੀ ਜਿਸ ਜਗਿਆਸੂ ਨੇ ਵਾਹਿਗੁਰੂ ਨੂੰ ਅਕਾਲ ਪੁਰਖ ਅੰਤਰਜਮ ਨੂੰ ਪਤੀ ਬਣਾਇਆ ਹੈ, ਉਹਦੇ ਚ ਬਿਰਤੀ ਨੂੰ ਟਕਾ ਟਕਾ ਕੇ ਸਤਸੰਗ ਜੀ ਸ਼ਿੰਗਾਰ ਕਾਹਦੇ ਹਨ? ਤੈ ਕਾਲੇ, ਤਿੰਨੇ ਕਾਲ ਭਜਨ ਕਰਨਾ, ਭੂਤਕਾਲ ਦੇ ਅੰਦਰ ਵੀ, ਵਰਤਮਾਨ ਸਮੇਂ ਦੇ ਅੰਦਰ ਵੀ, ਭਵਿੱਖ ਦੇ ਵਿੱਚ ਵੀ, ਤਿੰਨੇ ਕਾਲ ਵਾਹਿਗੁਰੂ ਦਾ ਭਜਨ ਕਰਨਾ। ਇਹ ਤਿੰਨ ਕਾਲ ਸਤਸੰਗ ਜੀ ਇਹ ਤਿੰਨ ਸ਼ਿੰਗਾਰ ਹਨ। ਦੋ ਉਜਲੇ ਲੋਕ ਪਰਲੋਕ ਉਜਲੇ ਕਰ ਲਏ ਨੇ,
ਇੱਥੇ ਵੀ ਜਸ ਹੈ, ਕੋਈ ਕਲੰਕ ਨਹੀਂ ਕੱਢਿਆ। ਪਰਲੋਕ ਵਿੱਚ ਵੀ ਧਰਮ ਰਾਜਾ ਵਰਗੇ ਸਤਸੰਗ ਜੀ ਕੀ ਕਹਿੰਦੇ ਆ, ਧੰਨ 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 ਜਣੇ ਆਇਆ ਜੇ ਪ੍ਰਸਾਦ ਸਭ ਜਗਤ ਕਰਾ। ਨਾਮ ਧਿਆਨ ਸਾਜਨ ਜਨਮ ਪਦਾਰਥ ਜੀ, ਨਾਨਕ ਧਰਮ ਐਸੇ ਚਵੇ ਕੀਤੋ ਭਵਨ ਪਨੀ। ਧਰਮ ਰਾਜਾ ਕਹਿੰਦਾ ਆਓ ਪਿਆਰਿਓ, ਮੇਰੇ ਕੋਲ ਤਾਂ ਚੋਰ ਡਾਕੂ ਪਾਪੀ ਆਉਂਦੇ ਨੇ ਲੋਕ, ਉਹਨਾਂ ਦੇ ਕੁੱਟ ਕੱਟ ਪੈਂਦੀ ਆ ਬੁਰਾ, ਮੈਂ ਉਹਨਾਂ ਦਾ ਹਿਸਾਬ ਕਰਦਾ, ਹਰ ਵੇਲੇ ਮੈਨੂੰ ਵੀ ਮੰਗ ਮਾਰਨਾ ਪੈਂਦਾ, ਧੰਨ ਤੁਸੀਂ ਮੇਰੇ ਘਰ ਵਿੱਚ ਆਏ। ਜਦੋਂ ਸਤਸੰਗਤ ਜੀ, ਅੱਜ ਮਹਾਰਾਜ ਦਾ ਗੁਰਪੁਰਬ ਵੀ ਆ, ਸਾਰਿਆਂ ਨੂੰ ਵਧਾਈ ਪ੍ਰਦਾਨ ਹੋਵੇ ਗੁਰੂ ਅਮਰਦਾਸ ਸਾਹਿਬ ਜੀ ਦੀ। ਜਦੋਂ ਗੁਰੂ ਰਾਮਦਾਸ ਸਾਹਿਬ ਜੀ ਜੋਤੀ ਜੋਤ ਸਮਾਉਣ ਲੱਗੇ, ਉਦੋਂ ਪਹਿਲਾਂ ਜਦੋਂ ਹਰਿਮੰਦਰ ਸਾਹਿਬ ਦੀ ਰਚਨਾ ਰਚੀ ਸਰੋਵਰ ਦੀ, ਇੰਦਰ ਆਪ ਦੇਵ ਲੋਕ ਚੋਂ ਸਤਸੰਗ ਜੀ ਆਇਆ, ਦੇਵਤਿਆਂ ਦੇ ਸੰਯੁਕਤ ਸਰੋਵਰ ਦੇ ਪੱਟਣ ਦੀ ਸੇਵਾ ਕੀਤੀ। ਜਿੱਥੇ ਹਰ ਕੀ ਪੌੜੀ ਆਪਾਂ ਚੂੜਾ ਲੈਂਦੇ ਹਾਂ, ਉੱਥੇ ਰੋੜਾਂ ਦਾ ਤੰਗ ਸੀ, ਸੰਗਤਾਂ ਬਹੁਤ ਜ਼ੋਰ ਲਾਉਂਦੀਆਂ ਵੀ ਇੱਥੋਂ ਪੱਟੀਏ ਪੱਟ ਨਾ ਹੋਵੇ। ਮਹਾਰਾਜ ਜੀ ਕਹਿੰਦੇ ਭਾਈ ਦੁਪਹਿਰ ਆਏ, ਸ਼ਾਮ ਨੂੰ ਫੇਰ ਹਿੰਮਤ ਕਰਿਓ, ਹੁਣ ਕਈਆਂ ਟੋਕਰੀਆਂ ਰੱਖ ਦਿਓ ਜਿੱਥੇ ਹੈ। ਉੱਧਰ ਦੇਵ ਦੇਹੀ ਵਾਲੇ ਸਤ ਦੀ ਦੇਵਤੇ ਸੋਹਣੇ ਸੋਹਣੇ ਮਾਨਸ ਦੇਹੀ ਵਾਲੇ ਸਰੀਰ ਧਾਰ ਕੇ ਸੰਗਤਾਂ ਬੇਰੀਆਂ ਥੱਲੇ ਟਿਕ ਗਈਆਂ, ਆਰਾਮ ਕਰਨ ਧੁੱਪ ਦੇਖ ਕੇ ਆ ਕੇ ਟੋਕਰੀਆਂ ਚੱਕ ਲੀਆਂ, ਉਹੀ ਕਈਆਂ ਚੱਕ ਲੀਆਂ, ਪੱਟ ਪੱਟ ਕੇ ਜਿੰਨੇ ਰੋਡ ਸੀ ਬਾਹਰ ਛੱਡ ਦਿੱਤੇ। ਪਰ ਪਤਾ ਕਿਹਨੂੰ ਸੀ? ਗੁਰੂ ਰਾਮਦਾਸ ਸਾਹਿਬ ਜੀ। ਆਮ ਕਿਸੇ ਨੂੰ ਕੀ ਪੈਤਾ? ਸੰਗਤਾਂ ਕਹਿੰਦੀਆਂ ਸੀ ਕੋਈ ਬਾਹਰੋਂ ਦੂਰੋਂ ਸੰਗਤ ਆਈ ਹੈ, ਬੜੇ ਚਾਅ ਨਾਲ ਸੇਵਾ ਕਰ ਰਹੀ ਹੈ। ਜਿਸ ਵੇਲੇ ਵਿਦਿਆ ਹੋਣ ਲੱਗੇ, ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕਿਆ, ਇੰਦਰ ਨੇ ਕੀ ਬੇਨਤੀ ਕੀਤੀ? ਮਹਾਰਾਜ ਮੇਰੀ ਇੱਕ ਬੇਨਤੀ ਸੁਣਿਓ, ਸਤਯੁਗ ਤੋਂ ਲੈ ਕੇ ਜਦੋਂ ਦੀ ਸੇਤੀ ਬਣੀ ਹੈ, ਸਾਡਾ ਰਾਕਸ਼ਾਂ ਨਾਲ ਹਰ ਵੇਲੇ ਵੈਰ ਭਾਵ ਹੈ, ਉਹਨਾਂ ਨਾਲ ਬਣਨੀ ਹੈ। ਦੇਵ ਲੋਕ ਵਿੱਚ ਸਾਨੂੰ ਤੰਗ ਕਰਦੇ ਰਹਿੰਦੇ ਆ, ਪਹੁੰਚ ਕੇ ਕਈ ਵਾਰੀ ਸਾਡਾ ਸਵਰਗ ਕਬਜ਼ੇ ਕਰ ਲਿਆ ਇਹਨਾਂ। ਚੰਡੀ ਦੀ ਵਾਰ ਪੜ੍ਹੋ, ਚੰਡੀ ਚਰਿੱਤਰ ਪੜ੍ਹੋ, ਦਸਵੇਂ ਪਾਤਸ਼ਾਹ ਨੇ ਜੋ ਵਰਣਨ ਕੀਤਾ ਉਹ ਦੇਖ ਲੈ, ਕਿਵੇਂ ਇਹਨਾਂ ਦੇ ਸੱਚ ਸੁੰਭਨ ਸੁੰਭ ਉਹਨਾਂ ਦੇ ਜੰਗ ਹੁੰਦੇ ਹਨ। ਤੁਸੀਂ ਕਿਰਪਾ ਕਰਿਓ, ਜਦੋਂ ਸੱਚਖੰਡ ਨੂੰ ਜਾਓਗੋ ਨਾ, ਮੇਰੀ ਦੇਵਪੁਰੀ ਵਿੱਚ ਚਰਨ ਪਾ ਕੇ ਜਾਇਓ। ਗੁਰੂ ਰਾਮਦਾਸ ਜੀ ਨੂੰ ਸੁਨੇਹਾ ਦੇ ਕੇ ਗਿਆ ਇੰਦਰ, ਨਾਲੇ ਉਪਦੇਸ਼ ਦਿੱਤਾ ਮਹਾਰਾਜ ਜੀ ਨੇ, ਆਪੇ ਕੰਡਾ ਆਪ ਤਰਾਜੀ, ਆਪਣਾ ਆਪੇ ਦੋਲਤ ਲਾਇਆ। ਇਹਨਾਂ ਸਤਸੰਗਤ ਜੀ ਛੇ ਸ਼ਬਦਾਂ ਦੁਆਰਾ ਗੁਰੂ ਰਾਮਦਾਸ ਜੀ ਨੇ ਦੇਵ ਲੋਕ ਦੇ ਇੰਦਰ ਰਾਜੇ ਨੂੰ ਦੇਵਤਿਆਂ ਦੇ ਸਮੇਤ ਉਪਦੇਸ਼ ਦਿੱਤਾ ਸੀ ਉੱਤਮ ਜਗਤ ਨੂੰ ਜਾਣ। ਐਵੇਂ ਨੀ ਗੁਰਬਾਣੀ ਜਾਂਦਾ, ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਭਾਇਓ, ਹਰ ਸਿੰਘਾਸਨ ਦਿਓ ਸ੍ਰੀ ਗੁਰੂ ਸਾਹਿਬ ਬੈਠਾਇਓ, ਰਹਿਸ ਕੀਓ ਸਰਦੇਵ ਤੋਹੇ ਜਾ ਜੈ ਜੈ ਜੰਪੈ, ਅਸਰ ਗਏ ਤੇ ਭਾਗ ਪਾਪ ਤਿਨ ਕੀਤਰ ਕੰਪੈ, ਕਾਟੇ ਸੋ ਪਾਪ ਤਿਨ ਨਰੋ ਕੇ ਗੁਰੂ ਰਾਮਦਾਸ ਜਿਨ ਪਾਇਓ, ਛਤਰ ਸਿੰਘਾਸਨ ਪ੍ਰਿਥਵੀ ਗੁਰੂ ਅਰਜਨ ਕੋ ਦੇਖਾਇ। ਉਹ ਜਿਹੜਾ ਗੁਰਤਾਗਦੀ ਦਾ ਸਿੰਘਾਸਨ ਸੀ, ਛਤਰ ਝੂਲਦਾ ਸੀ ਉੱਤੇ, ਉਹ ਸਿੰਘਾਸਨ ਤੇ ਸੁਭਾਜਮਾਨ ਕੀਤਾ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ। ਦੇਵਪੁਰੀ ਮੈਂ ਗਏ, ਇੱਥੋਂ ਦੇਵਪੁਰੀ ਚ ਗਏ ਗੁਰੂ ਰਾਮਦਾਸ ਸਾਹਿਬ ਜੀ, ਉੱਥੋਂ ਅੱਗੇ ਸੱਚਖੰਡ ਗਏ ਹਨ। ਦੇਵਪੁਰੀ ਮੈਂ ਗਏ ਆਪ ਪਰਮੇਸ਼ਰ ਭਾਇਓ, ਰਹਿਸ ਕੀਓ ਸੁਰਦੇਵ, ਦੇਵਤਿਆਂ ਦੇ ਰਾਜੇ ਇੰਦਰ ਨੇ ਦੇਵ ਗਣ ਦੇਵਤਿਆਂ ਦੇ ਸਮੇਤ ਪ੍ਰਸੰਨਤਾ ਧਾਰਨ ਕੀਤੀ।
ਸ੍ਰੀ ਗੁਰੂ ਤਾਂ ਬੈਠਾ ਹੈ, ਉਹ ਆਪਣੇ ਸਿੰਘਾਸਨ ਛੱਡ ਕੇ ਸਤਿਗੁਰਾਂ ਨੂੰ ਬਿਠਾਇਆ। ਅਸਰ ਗਏ ਤੇ ਭਾਗ ਪਾਪ ਤਨ ਪਿੱਤਰ ਕੰਪੈ। ਜਦੋਂ ਪਤਾ ਲੱਗਿਆ ਦੇਵ ਲੋਕ ਵਿੱਚ ਸਤਿਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਹੈ, ਸਾਰੇ ਸਤਸੰਗੀ ਰਾਖਸ਼ ਭੱਜ ਗਏ ਡਰਦੇ। ਪਾਪ ਤਨ ਪਿੱਤਰ ਕੰਪੈ, ਉਹਨਾਂ ਦੇ ਪਾਪ ਆਪ ਹੀ ਕੰਬ ਉੱਠੇ ਅੰਦਰ, ਡਰ ਗਏ। ਇਹ ਪ੍ਰਤਾਪ ਦੇਵ ਲੋਕ ਵਿੱਚ ਹੋਇਆ। ਇਸੇ ਤਰ੍ਹਾਂ ਸਤਸੰਗਤ ਜੀ, ਲੋੜ ਤਾਂ ਨਹੀਂ ਸੀ ਜਾਣ ਦੀ ਜੋ ਸਤਿਗੁਰਾਂ ਦਾ ਸਵਰਗ ਚ ਕੀ ਕੰਮ। ਇੰਦਰ ਲੋਕ ਸਿਵ ਲੋਕ ਹੈ ਜੈਬੋ, ਉੱਥੇ ਤਪ ਕਰ ਬਾਹਰ ਹੈ ਵੋ, ਉੱਥੇ ਤਾਂ ਗੁਰਸਿੱਖ ਵੀ ਨਹੀਂ ਜਾਂਦਾ ਹੈ। ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਕਰਨ ਕਮਲਾਰੇ। ਭਾਈ ਤਿਲਕੂ ਵਰਗੇ ਤਿਆਗੀ ਗੜ ਸ਼ੰਕਰ ਦੇ ਕਹਿੰਦੇ ਅਸੀਂ ਨੀ ਸਵਰਗ ਜਾਣਾ। ਸੋ ਗੁਰੂਆਂ ਨੇ ਕੀ ਜਾਣਾ ਸੀ, ਲੇਕਿਨ ਉਹਨਾਂ ਨੇ ਨਿਮੰਤਰਣ ਦਿੱਤਾ ਸੀ ਮਹਾਰਾਜ ਜ਼ਰੂਰ ਚਰਨ ਪਾ ਲਓ, ਆਪ ਜੀ ਉੱਥੋਂ ਦੀ ਚਰਨ ਪਾ ਕੇ ਲੰਘੇ। ਇਸੇ ਤਰ੍ਹਾਂ ਸਤ ਸੰਗਤ ਜੀ, ਕੋਈ ਪ੍ਰੇਮੀ ਗੁਰੂ ਕਾ ਸਿੱਖ ਚੜਿਆ ਜਾਵੇ ਧਰਮ ਰਾਜਾ ਦੀ ਕਚਹਿਰੀ ਚ, ਵਾਸਤਵ ਚ ਧਰਮ ਰਾਜਾ ਦੇ ਨਾਲ ਤੁਹਾਡਾ ਵਿਵਹਾਰ ਕੋਈ ਨਹੀਂ ਹੈ। ਪਰ ਜੇ ਆ ਸੰਗਤ ਚ ਨਾਗਾ ਨਹੀਂ ਪਾਓਗੇ ਔਰ ਅੰਮ੍ਰਿਤਧਾਰੀ ਹੋਵੋਗੇ, ਫਿਰ ਸਾਡਾ ਹਿਸਾਬ ਕਿਤਾਬ ਖਤਮ। ਧਰਮ ਰਾਏ ਦਰ ਕਾਗਜ਼ ਫਾਰੇ, ਜਨ ਨਾਨਕ ਲੇਖਾ ਸਮਝਿਆ। ਸਾਡਾ ਲੇਖਾ ਹਿਸਾਬ ਕਿਤਾਬ ਜਨਮਾਂ ਜਨਮਾਂ ਦਾ ਸਤਿਗੁਰੂ ਜੀ ਹੱਥ ਚ ਲੈ ਲੈਣਗੇ, ਜਿਨ੍ਹਾਂ ਦੀ ਸ਼ਰਨ ਵਿੱਚ ਬੈਠੇ ਹਾਂ। ਸਾਧ ਸਾਹਿਬ ਖਾਲਸਾ ਜੀ, ਬੜੇ ਬਰਕਤ ਹੈ ਗੁਰੂ ਘਰ ਦੇ ਅੰਦਰ। ਇਸੇ ਕਰਕੇ ਗੁਰਸਿੱਖ ਨੂੰ ਜਿੱਥੇ ਧਰਮ ਦੀ ਕਿਰਤ ਕਰਦਾ, ਸਾਰਿਆਂ ਦਾ ਸੱਚ ਨਹੀਂ ਲੇਖਾ ਦਿੰਦਾ, ਦੇਣ ਲੈਣ ਪੁੱਤ ਧੀ ਮਾਂ ਬਾਪ ਭੈਣ ਭਾਈ ਵਰਤਦਾ ਹੈ, ਉੱਥੇ ਨਿਹਚਾ ਕਰ ਲਵੇ ਕਿ ਮੈਂ ਕਾਗਜ਼ ਜਿਹੜੇ ਦਫ਼ਤਰ ਦੇ ਧਰਮ ਰਾਜਾ ਦੇ ਨੇ, ਇਹ ਗੁਰੂ ਕੇ ਹੱਥ 'ਚ ਫੜਾਉਣੇ ਆ। ਗੁਰੂ ਕੇ ਹੱਥ 'ਚ ਤਦੇ ਫੜ ਹੋਣਗੇ ਜਿੱਦਣ ਆਪਾਂ ਬਣ ਸਕਦਾ। ਸਤਿਗੁਰ ਕੇ ਜਨਮ ਗਵਨ ਮਟਾਇਆ, ਉਦਣ ਤੋਂ ਸਾਡਾ ਸਤਿਗੁਰੂ ਦੇ ਘਰ ਵਿੱਚ ਜਨਮ ਹੈ, ਸਾਡਾ 84 ਲੱਖ ਦਾ ਗਵਨ ਸਤਸੰਗ ਜੀ ਖਤਮ ਹੁੰਦਾ। ਜੇ ਕੋਈ ਗੁਰਸਿੱਖ ਚਲਿਆ ਜਾਵੇ, ਅੱਬਲ ਤਾਂ ਕੰਮ ਕੋਈ ਨਹੀਂ। ਉਸ ਵੇਲੇ ਧਰਮ ਰਾਜਾ ਕਹਿੰਦਾ, ਨਾਮ ਧਿਆਇਨ ਸਜਣਾ ਜਨਮ ਪਦਾਰਥ ਜੀ, ਸਜਣਾ ਤੁਸੀਂ ਨਾਮ ਧਿਆਇਆ ਹੈ ਸੰਗਤ ਚ ਬੈਠ ਕੇ, ਤੁਸੀਂ ਜਨਮ ਪਦਾਰਥ ਨੂੰ ਜਿੱਤ ਕੇ ਆਏ ਹੋ, ਨਹੀਂ ਤਾਂ ਸਾਰੀ ਦੁਨੀਆ ਵਿਛਿਆਂ ਚ ਹਾਰ ਕੇ ਜਾਂਦੀ ਹੈ। ਬੋਧਾ ਹੋ ਜਾਂਦਾ ਤੀਰ ਵਿਛਿਆਂ ਬਿਰਧ ਅਵਸਥਾ ਚ ਵੀ। ਜੇ ਬਜ਼ੁਰਗ ਨੂੰ ਕਹੀ ਦਾ ਕਈਆਂ ਜਿਹੀਆਂ ਗੱਲਾਂ ਕਰਦਾ, ਉਮਰ ਤਾਂ ਦੇਖ, ਕਹਿੰਦਾ ਮਨ ਤਾਂ ਨੀ ਬੁੜਾ ਹੈ, ਛਾਤੀ ਤੇ ਹੱਥ ਮਾਰ ਕੇ ਫੇਰ ਵੀ ਬਿਰਤੀ ਇਧਰੋਂ ਆਸਾਨ ਨਹੀਂ ਹੁੰਦੀ। ਫਿਰ ਸਤਸੰਗ ਜੀ ਧਰਮ ਰਾਜਾ ਚਿੱਤਰ ਫੇਰੂ ਗਈ। ਸੋ ਵਾਹਿਗੁਰੂ ਕਿਰਪਾ ਕਰੇ, ਆਹ ਜਿਹੜੀ ਗੁਰੂ ਕੀ ਸੰਗਤ ਹੈ, ਇਹਦੀ ਮਹਿਮਾ ਕਹੀ ਨਹੀਂ ਜਾਂਦੀ ਖਾਲਸਾ ਜੀ। ਸਤਿਗੁਰੂ ਜੀ ਦਾ ਕੀਰਤਨ ਹੁੰਦਾ ਹੋਵੇ, ਅੰਮ੍ਰਿਤ ਧੁਨੀਆਂ ਐਸੀਆਂ ਉੱਠਦੀਆਂ ਹੋਣ, ਗੁਰਸਿੱਖ ਬਿਰਤੀ ਕਾਦਰ ਕਰਕੇ ਬੈਠਾ ਹੋਵੇ, ਖਾਲਸਾ ਜੀ ਵਿਕੁੰਠ ਵੀ ਇਹਦੇ ਤੁਲ ਨਹੀਂ ਹੈ। ਪ੍ਰੇਮੀਓ, ਵਾਹਿਗੁਰੂ ਕਿਰਪਾ ਕਰੇ, ਬੇਨਤੀਆਂ ਕਰੀਏ ਮਹਾਰਾਜ, ਅਹੀ ਜੀ ਸਾਡੀ ਬਿਰਤੀ ਬਣੀ ਰਹੇ, ਅਸੀਂ ਇੱਥੇ ਕਦੇ ਤ੍ਰਿਪਤ ਨਾ ਹੋਈਏ ਨਾਮ ਸੁਣਦੇ ਪੜ੍ਹਦੇ। ਜਨਮ ਪਦਾਰਥ ਜੀ, ਨਾਨਕ ਧਰਮ ਐਸੇ ਚਵੈ, ਧਰਮ ਰਾਜਾ ਐ ਬੋਲਦਾ ਹੈ ਉਹ ਗੁਰਸਿੱਖ ਨੂੰ, ਕੀਤੋ ਭਵਨ ਪਨੀ, ਤੂੰ ਮੇਰਾ ਘਰ ਆ ਕੇ ਪਵਿੱਤਰ ਕਰ ਦਿੱਤਾ। ਜਿੱਥੇ ਕੁੱਟ ਪੈਂਦੀ ਆ ਸਤਸੰਗ ਜੀਵਾਂ ਤੇ, ਗੁਰਸਿੱਖ ਉੱਥੇ ਚਰਨ ਪਾ ਕੇ ਧਰਮ ਰਾਜਾ ਦੇ ਦਰ ਨੂੰ ਵੀ ਪਵਿੱਤਰ ਕਰਦਾ ਹੈ।
ਉਹਨੇ ਕੈਸੇ ਸ਼ਿੰਗਾਰ ਲਾਏ ਹੋਏ ਨੇ, ਤ੍ਰੈ ਕਾਲੇ ਦੋ ਉਜਲੇ, ਉਹਦਾ ਆਹ ਲੋਕ ਵੀ ਉਜਲਾ ਹੈ, ਦੁਨੀਆਂ ਬਰਸੀਆਂ ਮਨਾਉਂਦੀ ਧਨ ਧਨ ਕਰਦੇ, ਪਰ ਲੋਕ ਵੀ ਉਜਲਾ ਹੈ ਉਹਦਾ, ਧਰਮ ਰਾਜਾ ਵਰਗੇ ਸਖਤ ਨਹੀਂ ਹੱਥ ਜੋੜਦੇ। 18 ਨਰਕ ਕਿਹਨੇ ਖਾਲੀ ਕੀਤੇ ਸੁਣਿਆ ਨੀ? ਰਾਜੇ ਜਨਕ ਨੇ 18 ਨਰਕ ਖਾਲੀ ਕਰ ਦਿੱਤੇ। ਧਰਮ ਰਾਜਾ ਘਬਰਾ ਗਿਆ, ਕਹਿੰਦਾ ਮੈਂ ਤਾਂ ਬਰਖਾਸਤ ਹੋ ਜੂ, ਮੈਨੂੰ ਕੰਮ ਹੀ ਨਹੀਂ ਰਿਹਾ, ਪਾਪੀਆਂ ਪੁੰਨੀਆਂ ਦਾ ਹਿਸਾਬ ਕਰਨ ਦੀ ਮੇਰੀ ਡਿਊਟੀ ਹੈ। ਗਾਵੇ ਚਿਤਗੁਪਤ ਲਿਖ ਜਾਣਾ, ਲਿਖ ਲਿਖ ਧਰਮ ਵਿਚਾਰੇ। ਚਿਤਗੁਪਤ ਜਿਹੜਾ ਦਿਖਾਰੀ ਨੇ, ਲਿਖਣਾ ਜਾਣਦੇ ਨੇ, ਸਾਡੇ ਹਰ ਵੇਲੇ ਹਿਸਾਬ ਕਿਤਾਬ ਲਿਖਦੇ ਨੇ, ਗੁਰਬਾਣੀ ਚ ਕਿਹਾ ਹੈ। ਉਹਨਾਂ ਦੀ ਲਿਖਤ ਨੂੰ ਫਿਰ ਧਰਮ ਰਾਜਾ ਵਿਚਾਰਦਾ ਹੈ ਵੀ ਠੀਕ ਲਿਖਿਆ ਹੈ, ਜਿਹੜੇ ਆਏ ਨੇ ਪਾਪੀ ਇਹਨਾਂ ਬਾਰੇ। ਸਤ ਸੰਗਤ ਜੀ, ਐਸੇ ਜਿਹੜੇ ਲੋਕ ਨੇ ਉਹਨਾਂ ਦੀ ਵਿਰਤੀ ਵੱਖਰੀ ਹੈ, ਪਰ ਗੁਰਸਿੱਖ ਦੀ ਸਤਸੰਗ ਦੀ ਰਹਿਤ ਨਿਆਰੀ। ਤਿੰਨਾਂ ਕਾਲ ਭਜਨ ਕਰਨਾ, ਇਹ ਤ੍ਰੈ ਕਾਲੇ ਹਨ। ਦੋ ਲੋਕ ਪਰਲੋਕ ਉਜਲੇ ਹਨ ਗੁਰਸਿੱਖ ਦੇ, ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ, ਮਰਨ ਦੀ ਬਿਲਕੁਲ ਚਿੰਤਾ ਨਹੀਂ ਔਰ ਜਿਉਣ ਦੀ ਆਸਾ ਵੀ ਨਹੀਂ ਰੱਖੀ। ਇਹ ਦ੍ਰਿੜ ਨਿਸ਼ਚਾ ਉਦੋਂ ਹੋਊਗਾ ਜਦੋਂ ਆਹ ਸੰਗਤ ਆਪਾਂ ਕਰਦੇ ਰਹੋ। ਜੇ ਕੋਈ ਪੁੱਛੇ ਸੰਗਤ ਰੋਜ਼ ਜਾਂਦੇ ਹੋ, ਕੀ ਲਾਭ ਹੈ ਤੁਹਾਨੂੰ? ਜੋ ਇੱਥੇ ਲਾਭ ਹੈ ਉਹ ਇੱਕ ਰਸਨਾ ਨਾਲ ਕਿਹਾ ਨਹੀਂ ਜਾਂਦਾ ਹੈ। ਸਤਸੰਗਤ ਜੀ, ਦੋ ਲੋਕ ਪਰਲੋਕ ਉਜਲੇ ਕਰ ਲੈਣੇ, ਚਾਰ ਕਠਨ ਦੋ ਚੀਕ ਨੇ, ਤੈ ਕਾਲੇ ਦੋ ਉਜਲੇ, ਪਤਲੇ ਪੰਜ ਪ੍ਰਕਾਰ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਪਤਲੇ ਪਾ ਦੇਣਾ ਹੈ, ਕਮਜ਼ੋਰ ਕਰ ਦੇਣਾ। ਇਹ ਪੁਸ਼ਟ ਹੋਣਗੇ ਜਿੱਥੇ ਵੈਂਕਟ ਹਾਲਾਂ ਚ, ਇੱਥੇ ਕਾਮ ਕ੍ਰੋਧ ਪੁਸ਼ਟ ਨਹੀਂ ਹੋਣਗੇ ਤੇ ਕਮਜ਼ੋਰ ਪੈ ਜਾਣਗੇ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਇੱਥੇ ਸਤਸੰਗ ਜੀ ਸਿਥਲ ਹੋ ਜਾਣਗੇ, ਇਹਨਾਂ ਨੂੰ ਪਤਲੇ ਕਰ ਦੇਣਾ, ਵਾਸ਼ਨਾ ਇਹਨਾਂ ਦੀ ਉਡਾ ਦੇਣੀ ਹੈ ਸੰਗਤ ਦੇ ਆਸ। ਚਾਰ ਕਠਨ ਦੋ ਚੀਕ ਨੇ, ਚਾਰ ਕਠਨ ਕਿਹੜੇ? ਸਰਵਣ, ਮੰਨਣ, ਨਿਧਿਆਸਨ, ਤਤੋਂ ਦਾ ਸੋਧਨੇ, ਚਾਰ ਬੜੇ ਕਠਨ ਸਾਧਨ ਨੇ। ਕਹਿ ਦਿੰਦੇ ਹਾਂ ਚੱਲੇ ਹਾਂ ਸੰਗਤ ਚ, ਉੱਥੇ ਬਾਣੀ ਸੁਣਾਂਗੇ, ਸੁਣਨਾ ਤਾਂ ਬਹੁਤ ਹੀ ਔਖਾ ਹੈ। ਪ੍ਰਮਾਣ, ਪਰਜੇ, ਨਿੰਦਰਾ, ਸੰਕਲਪ, ਸਿਮਰਤੀ, ਇਹ ਪੰਜ ਬਿਰਤੀਆਂ ਨੇ। ਜਿੰਨਾ ਚਿਰ ਇਹਨੂੰ ਨਹੀਂ ਤੁਸੀਂ ਰੋਕਦੇ, ਉਨਾ ਚਿਰ ਸੋਤੇ ਤਾਂ ਕੀ ਸੁਣਿਆ ਨਹੀਂ ਜਾਂਦਾ ਹੈ। ਉਸ ਤੋਂ ਬਾਅਦ ਮੰਨਣ ਕਰਨਾ, ਫਿਰ ਕਮਾਈ ਕਰਨੀ, ਫਿਰ ਤਤੋਂ ਦਾ ਸੋਧਨ ਨਿਰਣਾ ਕਰਨਾ, ਇਹ ਚਾਰ ਬੜੇ ਕਠਿਨ ਸਾਧਨ ਨੇ। ਉਸ ਤੋਂ ਉਪਰੰਤ ਮਨ ਤੇ ਬੁੱਧ ਨੂੰ ਜਿਵੇਂ ਚਿਕਨਾਹਟ ਹੁੰਦੀ ਹੈ ਨਾ ਘਿਓ ਯਾਦ ਕਰੀ, ਪ੍ਰੇਮ ਦੇ ਵਿੱਚ ਸਤਸੰਗਤ ਜੀ ਗੂੰਦਾ ਕਰ ਲੈਣਾ, ਮਸਤ ਕਰ ਲੈਣਾ, ਖੁਸ਼ਕ ਨਹੀਂ ਰਹਿਣ ਦੇਣਾ। ਇਹ 16 ਸ਼ਿੰਗਾਰ ਸਤਸੰਗਤ ਜੀ ਆਪ ਜੀ ਸਰਬ ਸ਼ਬਦ ਸੁਣ ਰਹੇ ਸੀ। ਧੰਨ ਨਾਮਦੇਵ ਜੀ ਹਨ, ਮੈਂ ਬੌਰੀ ਮੇਰਾ ਰਾਮ ਪਤਾ, ਮੈਂ ਬਿਰਤੀ ਮੇਰੀ ਕਮੜੀ ਹੈ, ਅਸੀਂ ਕਮੜੇ ਹਾਂ। ਕਿਉਂ? ਜਿਹੜਾ ਭਗਤੀ ਦੀ ਲੈਣ ਵਾਲਾ ਉਸ ਨੂੰ ਸਾਰੀ ਦੁਨੀਆਂ ਕਮਲਾ ਹੀ ਕਹੇ। ਰਾਮ ਵਿਯੋਗੀ ਨਾ ਜੀਏ, ਜੀਏ ਤੋਂ ਬੌਰਾ ਹੋਏ,
ਜਿਹਨੂੰ ਪਰਮੇਸ਼ਵਰ ਦੇ ਵਿਛੋੜੇ ਦਾ ਦੁੱਖ ਹੈ, ਜਾਂ ਤਾਂ ਉਹ ਜਿਉਂਦਾ ਨਹੀਂ ਮਰ ਜਾਂਦਾ। ਜੇ ਉਹ ਜਿਉਂਦਾ ਨਾ ਮਾਤਰ ਤਾਂ ਦੁਨੀਆਂ ਵੱਲੋਂ ਉਹ ਕਮਲਾ ਹੀ ਹੈ। ਮੈਂ ਬੌਰੀ ਮੇਰਾ ਰਾਮ ਪਤਾਰ ਰਚ ਰਚ ਟਾਕੋ ਕਰਨ ਸੁਣਦਾ ਹਾਂ, ਪੁਨਾ ਪੁਨਾ ਐਸੇ ਅਸੀਂ ਸ਼ਿੰਗਾਰ ਲਾਉਂਦੇ ਹਾਂ। ਜਦੋਂ ਇਸ ਪਾਸੇ ਸਤਸੰਗ ਜੀ ਐਸੀ ਵਸਤਾ ਵਿਰਤੀ ਆਵੇਗੀ, ਉਹ ਪਤੀ ਪਰਮੇਸ਼ਵਰ ਅਕਾਲ ਪੁਰਖ ਅੰਤਰ ਜਾਮੀ ਦੂਰ ਨਹੀਂ ਹੈ। ਸੁਖ ਸਿੱਖੋ, ਇਸ ਕਰਕੇ ਜਿਤਨੀ ਗੁਰਬਾਣੀ ਮਹਾਰਾਜ ਨੇ ਖਜ਼ਾਨਾ ਬਖਸ਼ ਕੀਤੀ, ਇੱਕ ਇੱਕ ਪੰਕਤੀ ਦਾ ਸਿਧਾਂਤ ਇੰਨਾ ਰਸਦਾਇਕ ਹੈ ਗੁਰਬਾਣੀ ਦਾ। ਜਦੋਂ ਤੁਸੀਂ ਬੈਠ ਕੇ ਗੁਰਸਿੱਖੋ ਵਿਚਾਰੋਗੇ, ਅੰਮ੍ਰਿਤ ਦੀਆਂ ਘੁੱਟਾਂ ਹਨ ਸਤਸੰਗ। ਵਾਹਿਗੁਰੂ ਕਿਰਪਾ ਕਰੇ, ਇਹ ਕਿਹਦੀ ਰਸਨਾ ਤੋਂ ਬਾਣੀ ਨਿਕਲੀ? ਇਹ ਸਤਿਗੁਰੂ ਨਾਨਕ ਦੇਵ ਜੀ ਦੇ ਨਿਕਲੀ, ਭਗਤਾਂ ਦੇ ਮੁੱਖਾਂ ਤੋਂ ਨਿਕਲੀ, ਬ੍ਰਹਮ ਗਿਆਨੀਆਂ ਦੇ ਸੱਚਖੰਡ ਵਿੱਚੋਂ ਉਤਰੀ ਸਤਸੰਗਤ ਜੀ। ਐਸੇ ਸਤਿਗੁਰਾਂ ਦੀ ਤੀਸਰੀ ਜੋਤ ਗੁਰੂ ਅਮਰਦਾਸ ਸਾਹਿਬ ਜੀ, ਇਹਨਾਂ ਨੇ ਬਾਣੀ ਨੂੰ ਆਪਣੀ ਨੂੰ ਐਨ ਸੰਭਾਲ ਕੇ ਅੰਕਿਤ ਕਰਾ ਕੇ ਆਪਦੇ ਪੋਤੇ ਤੋਂ ਲਿਖਾ ਕੇ ਪੋਥੀਆਂ ਸਾਂਭ ਕੇ ਰੱਖੀਆਂ ਕਿ ਸਾਡਾ ਬਰਕੀ ਦਿੱਤਾ ਦੋਸਤਾ ਬਾਣੀ ਕਾ ਬੋਧ। ਗੁਰੂ ਅਰਜਨ ਦੇਵ ਸਾਹਿਬ ਜੀ ਅਵਤਾਰ ਗੋਬਿੰਦਵਾਲ ਸਾਹਿਬ ਧਾਰਿਆ ਨਾਨਕ ਕੇ ਘਰ, ਖੇਡਦੇ ਰੁੜ ਕੇ ਬੀਬੀ ਭਾਨੀ ਜੀ ਰਸੋਈ ਦਾ ਵਿਹਾਰ ਕਰਦੇ, ਰੁੜਦੇ ਰੁੜਦੇ ਗੁਰੂ ਅਮਰਦਾਸ ਸਾਹਿਬ ਜੀ ਜਿੱਥੇ ਪਲੰਘ ਤੇ ਬੈਠੇ ਸੀ, ਜਾ ਕੇ ਸਤਸੰਗ ਜੀ ਬਾਹੀ ਪਕੜ ਲਈ। ਬੱਚੇ ਦਾ ਸੁਭਾਅ ਹੈ ਤਾਂ ਚੜ੍ਹਨਾ ਚਾਹੁੰਦਾ ਹੁੰਦਾ। ਜਦੋਂ ਸਤਸੰਗ ਜੀ ਆਪ ਨੇ ਡੌਲਿਆਂ ਤੋਂ ਫੜ ਕੇ ਚੱਕਿਆ, ਗੁਰੂ ਅਮਰਦਾਸ ਜੀ ਨੇ ਨੱਠ ਕੇ ਗਈ ਦੀਦੀ, ਕਹਿੰਦੀ ਫੜਾਓ ਮਹਾਰਾਜ ਜੀ, ਦੇਖਿਓ ਤੁਹਾਡੀ ਬੇਅਦਬੀ ਨਾ ਹੋ ਜੇ। ਬੱਚਾ ਹਮੇਸ਼ਾ ਪੈਰ ਤੁਹਾਨੂੰ ਕਰਦਾ ਜੀ ਆਪਾਂ ਡੌਲਿਆਂ ਤੋਂ ਚੱਕ ਲਈਏ। ਸਤਿਗੁਰੂ ਜੀ ਦੇ ਦਾੜੇ ਨੂੰ ਲੱਗਣ ਲੱਗੇ ਗੁਰੂ ਅਰਜਨ ਦੇਵ ਜੀ ਦੇ ਚਰਨ ਗੁਰੂ ਅਮਰਦਾਸ ਜੀ ਦੇ ਨਾਨੇ ਚੋਂ ਸਨ। ਜਦੇ ਬੀਬੀ ਭਾਨੀ ਜੀ ਨੇ ਪਕੜ ਲਏ, ਮਹਾਰਾਜ ਕਹਿਣ ਲੱਗੇ ਬੀਬੀ ਰਹਿਣ ਦੇ, ਦੋਹਤਾ ਬਾਣੀ ਕਾ ਬੋਹਤਾ, ਇਹ ਸਾਡੇ ਦੋਹਤੇ ਨੇ, ਇਹ ਬਾਣੀ ਦਾ ਬਹੁਤ ਪ੍ਰਗਟ ਕਰਨਗੇ। ਤੋ ਉਹ ਸਤਸੰਗ ਜੀ ਬਚਨ ਸੰਪੂਰਨ ਹੋਏ, ਉਹ ਵਰ ਆਪ ਜੀ ਨੇ ਸਤਸੰਗ ਬਖਸ਼ਣਾ ਕੀਤੀਆਂ, 22 ਮੰਜੀਆਂ ਗੁਰਮੁਖਤਾ ਦੀਆਂ ਦਿੱਤੀਆਂ। ਜਿਵੇਂ 22 ਸੂਬੇ ਸੀ ਅਕਬਰ ਦੇ, 22 ਮੰਜੀਆਂ ਦੇ ਕੇ ਬ੍ਰਹਮ ਗਿਆਨੀਆਂ ਨੂੰ ਥਾਂ ਥਾਂ ਤੇ ਸਤਸੰਗ ਗੁਰਮਤਿ ਦਾ ਪ੍ਰਚਾਰ ਕੀਤਾ। ਸਹਿਜ ਧਾਰੀਆਂ ਦੇ ਅੰਦਰ ਇਹ ਪਰਥਾ ਜੋੜੀ ਕਿ ਇੱਕ ਇੱਕ ਬੱਚੇ ਨੂੰ ਭਾਈ ਸਾਨੂੰ ਅਰਪੋ, ਕੇਸਾ ਧਾਰੀ ਬਣਾਇਆ। ਅੱਜ ਤਾਈਂ ਪੁੱਛੋ ਜਿਹੜੇ ਉਧਰੋਂ ਪਾਕਿਸਤਾਨ ਚੋਂ ਪ੍ਰੇਮੀ ਆਏ ਹੈ, ਉਹ ਬਹੁਤ ਸਾਰੇ ਉਹਨਾਂ ਦੇ ਰਿਸ਼ਤੇਦਾਰੀਆਂ ਸਹਿਜ ਧਾਰਿਆਂ ਦੀਆਂ, ਕੇਸਾ ਧਾਰੀਆਂ ਦੇ, ਕੇਸਾ ਧਾਰੀਆਂ ਸਹਿਜ ਧਾਰੀਆਂ। ਅੱਜ ਤੁਸੀਂ ਨਿਰੰਕਾਰੀਏ ਕਹਿੰਦੇ ਹੋ, ਠੀਕ ਹੈ ਇਹਨਾਂ ਨੇ ਆ ਵਿਰੋਧਤਾ ਕੀਤੀ ਇਸ ਸਮੇਂ ਚ ਆ ਕਰਕੇ ਜੋ ਕੁਛ ਹੋਇਆ ਆਪ ਨੂੰ ਸਭ ਨੂੰ ਪਤਾ ਹੈ, ਲੇਕਿਨ ਨਿਰੰਕਾਰੀਏ ਕੌਣ ਸੀ? ਸਤਸੰਗ ਜੀ ਪਿਸ਼ੌਰ ਦੇ ਅੰਦਰ, ਸਤਸੰਗ ਜੀ ਗੁਰੂ ਸਹਾਏ ਸਹਿਜ ਧਾਰੀ ਸਿੱਖ ਸੀ ਉਹਦਾ। ਸਤਸੰਗ ਜੀ ਹਰ ਸਹਾਏ ਪੁੱਤਰ ਸੀ, ਸਹਿਜ ਧਾਰੀ ਸਨ ਪਿਤਾ ਪੁੱਤਰ। ਇੱਧਰ ਰਾਵਲ ਪਿੰਡੀ ਦੇ ਰਹਿਣ ਵਾਲਾ ਮਿਲਖਾ ਸਿੰਘ ਸਤਸੰਗ ਜੀ ਨਾ ਵਿਸਾਖਾ ਸਿੰਘ, ਗੁਰੂ ਸਾਹਿਬ ਦਾ ਸਤਸੰਗ ਜੀ ਇਹ ਲਿਖਾਰੀ ਸੀ। ਵਿਸਾਖਾ ਸਿੰਘ ਦਾ ਪੁੱਤਰ ਮਿਲਖਾ ਸਿੰਘ ਸੀ, ਪੁੱਤਰੀ ਸਤਸੰਗ ਜੀ ਲੱਡਕੀ ਸੀ। ਵਿਸਾਖਾ ਸਿੰਘ ਨੇ ਆਪਣੀ ਪੁੱਤਰੀ ਪਿਸ਼ੌਰ ਸਤਸੰਗ ਜੀ ਰਾਮ ਸਹਾਏ ਹਰ ਸਹਾਏ ਨੂੰ ਵਿਆਹੀ, ਗੁਰ ਸਹਾਏ ਦੇ ਪੁੱਤਰ ਨੂੰ। ਉਹਦੀ ਕੁੱਖ ਤੋਂ ਸਤਸੰਗ ਜੀ ਦਿਆਲ ਜੀ ਪੈਦਾ ਹੋਏ,
ਉਹ ਜਿਹੜੇ ਦਿਆਲ ਜੀ ਪੈਦਾ ਹੋਏ ਹਰ ਵੇਲੇ ਸਤ ਸੰਗਤ ਜੀ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਦਾ ਜਾਪ ਜਪਿਆ ਕਰਦੇ। ਪਿਤਾ ਚੜ੍ਹਾਈ ਕਰ ਗਿਆ, ਮਾਤਾ ਵੀ ਚੜ੍ਹਾਈ ਕਰਦੀ ਬਾਲਕ ਅਵਸਥਾ ਚ। ਮਾਮੇ ਦੇ ਕੋਲੇ ਆ ਕੇ ਮਿਲਖਾ ਸਿੰਘ ਕੋਲੇ ਰਾਵਲ ਪਿੰਡੀ, ਇੱਥੇ ਸਤਸੰਗ ਦੀ ਪਾਲਣਾ ਹੋਈ, ਕੇਸਾ ਧਾਰੀ ਹੋਏ, ਕਮਾਈ ਕੀਤੀ, ਗੁਰਬਾਣੀ ਦਾ ਬੋਧ ਪ੍ਰਾਪਤ ਕੀਤਾ। ਇਸ ਗੁਰਬਾਣੀ ਦੇ ਆਸਰੇ ਸਤਸੰਗ ਜੀ ਅੱਗੇ ਰੱਤਾ ਵਗੈਰਾ ਇਹਨਾਂ ਦੇ ਤਿੰਨ ਪੁੱਤਰ ਹੋਏ ਜਿੱਥੋਂ ਸ਼ਾਖਾ ਚੱਲੀਆਂ। ਇਹ ਗੁਰੂ ਨਾਨਕ ਦੇਵ ਦੇ ਘਰ ਦੀ ਸ਼ਾਖ ਹੈ ਬਾਸਤ ਵਿੱਚ। ਕਾਂਗਿਆਰੀਆਂ ਦੇਖ ਲਓ, ਕਣਕ ਜੀ ਹੁੰਦੀਆਂ, ਜਿਹੜੀ ਕਾਂਗਿਆਰੀ ਹੁੰਦੀ ਹੈ ਜੱਟਾਂ ਨੂੰ ਪਤਾ ਹੈ, ਕਣਕ ਦਾਣਾ ਤਾਂ ਨੀ ਉਹਨੂੰ ਸਤਸੰਗ ਜੀ ਕੋਈ ਲੱਗਦਾ, ਸਮਾਂ ਤੇ ਕਾਲਾ ਹੁੰਦਾ, ਜੇ ਕੋਈ ਨੇੜੇ ਜਾਂਦਾ ਉਹਦੇ ਤੇ ਕਾਲਤ ਲੱਗ ਜਾਂਦੀ। ਇਸੇ ਤਰ੍ਹਾਂ ਆਪਣੇ ਘਰ ਦੇ ਅੰਦਰ ਗੁਰੂ ਰਾਮਦਾਸ ਜੀ ਦੇ ਟਾਈਮ ਹੰਦਾਲ ਹੋਇਆ, ਜਿਹਦੇ ਸਥਾਨ ਨੂੰ ਹੁਣ ਵੀ ਕਹਿੰਦੇ ਆ ਵੀ ਆਹ ਕਿਹੜਾ ਪਿੰਡ ਆ ਗਿਆ ਸ਼ਹਿਰ, ਕਹਿੰਦੇ ਗੁਰੂ ਕਾ ਜੰਡਿਆਲਾ। ਗੁਰੂ ਕਾ ਤਾਂ ਅੰਮ੍ਰਿਤਸਰ ਹੈ, ਜੰਡਿਆਲਾ ਵੀ ਗੁਰੂ ਕਾ ਹੈ। ਉਹ ਗੁਰੂ ਸਦਾਏ ਕਿਸੇ ਸਮੇਂ, ਆਹ ਜਿਹੜੀ ਜਨਮ ਸਾਖੀ ਸੀ ਉਹਨਾਂ ਨੇ ਪੁੱਠੀ ਸਿੱਧੀ ਕੀਤੀ, ਜਿਸ ਕਰਕੇ ਭਾਈ ਸੰਤੋਖ ਸਿੰਘ ਜੀ ਨੇ ਸੋਧ ਕੇ ਇਹ ਜਿਹੜੀ ਕਥਾ ਆਪਾਂ ਵਿਚਾਰਦੇ ਹਾਂ ਇਹ ਲਿਖੀ ਕਿ ਦੁੱਧ ਮਾੜਾ ਨਹੀਂ ਮੱਖੀ ਪਈ ਪਰੇ ਕੱਢ ਦੇਈ ਦੀ। ਸਾਖੀਆਂ ਦਿੱਤੀਆਂ, ਉਹ ਵੀ ਸਤਸੰਗ ਜੀ ਹੰਦਾਲ ਦਾ ਜਿਹੜਾ ਸਤਸੰਗ ਜੀ ਵਿਸ਼ਵਾਸ ਸੀ, ਹਰ ਵੇਲੇ ਨਿਰੰਜਨ ਨਿਰੰਜਨ ਦਾ ਜਾਪ ਜਪਦਾ ਸੀ। ਉਹਨਾਂ ਨੂੰ ਖਾਲਸੇ ਨੇ ਨਿਰੰਜਨੀ ਇਹ ਕਿਹਾ ਹੈ। ਹਰ ਭਗਤ ਵਰਗੇ ਇਹੋ ਜਿਹੇ ਕਾਂਗਿਆਰੀਆਂ ਉਹਦੇ ਸਤਸੰਗ ਜੀ ਵੰਸ਼ ਵਿੱਚ ਹੋਈਆਂ, ਜਿਹੜੇ ਸਿੰਘਾਂ ਨੂੰ ਫੜਾ ਫੜਾ ਕੇ ਤਸੀਹੇ ਦਬਾਉਂਦੇ ਰਹੇ ਲਾਹੌਰ ਸਤਸੰਗ ਸੀ ਗੁਰੂ ਘਰੋਂ ਹੀ। ਇਸੇ ਤਰ੍ਹਾਂ ਸਤਸੰਗਤ ਜੀ ਇਹ ਗੁਰੂ ਅਮਰਦਾਸ ਸਾਹਿਬ ਜੀ ਦੀ ਕਿਰਪਾ ਸਹਿਜ ਧਾਰੀਆਂ ਦੇ ਅੰਦਰ ਕੇਸਾ ਧਾਰੀ ਪ੍ਰਗਟ ਕਰਦੇ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣੇ ਆਵੇ। ਗੁਰੂ ਅਮਰਦਾਸ ਸਾਹਿਬ ਜੀ ਦੀ ਉਪਮਾ ਸਤਸੰਗ ਜੀ ਕੀ ਕਰਾਂਗੇ, ਦੇਖ ਪ੍ਰਤਾਪ ਸੁਤ ਭਾਣ ਡਰਿਓ। ਹੇ ਗੁਰੂ ਅਮਰਦਾਸ ਸਾਹਿਬ ਜੀ, ਆਪਦਾ ਪ੍ਰਤਾਪ ਏਡਾ ਵੱਡਾ ਸੀ, ਸੁਤ ਭਾਣ ਕਹਿੰਦੇ ਆ ਸੂਰਜ ਦਾ ਪੁੱਤਰ ਧਰਮ ਰਾਜਾ ਵੀ ਡਰਦਾ ਸੀ ਕਿ ਗੋਇੰਦਵਾਲ ਸਾਹਿਬ ਮੇਰੇ ਜਮੋ ਗਣੋ ਜਾਇਓ ਨਾ, ਉੱਥੇ ਕਿਸੇ ਨੂੰ ਮਾਰਿਓ ਨਾ। ਉੱਥੇ ਗੁਰੂ ਅਮਰਦਾਸ ਸਾਹਿਬ ਜੀ ਦਾ ਪ੍ਰਤਾਪ ਹੈ। ਗੁਰੂ ਅਮਰਦਾਸ ਪਰਸੀਏ ਪਹੁੰਚ ਪਾਤਕ ਬਨਸ ਹੈ, ਗੁਰੂ ਅਮਰਦਾਸ ਪਰਸੀਏ ਸਿੱਧ ਸਾਧਕ ਆ ਸੱਚ ਹੈ। ਐਸਾ ਪ੍ਰਤਾਪ ਸਤਸੰਗ ਜੀ ਕੀ ਇੱਕ ਰਚਨਾ ਤੋਂ ਵਿਚਾਰੀਏ। ਆਪ ਜੀ ਸਤਸੰਗ ਜੀ ਜਿਨ੍ਹਾਂ ਨੇ ਜਿਨ੍ਹੇ ਤੁਹਾਨੂੰ ਧੰਨ ਕਿਹਾ ਤਿੰਨ ਜਮ ਲੇੜ ਨਾ ਆਇਆ। ਇਹ ਗੁਰੂ ਅਮਰਦਾਸ ਜੀ ਜਿਨ੍ਹਾਂ ਨੇ ਕਿਸ ਪ੍ਰੇਮ ਨਾਲ ਕਹਿਤਾ ਧੰਨ ਗੁਰੂ ਅਮਰਦਾਸ ਜੀ, ਧੰਨ ਗੁਰੂ ਅਮਰਦਾਸ ਜੀ, ਉਹਨਾਂ ਦੇ ਨੇੜੇ ਜਮ ਨਹੀਂ ਆਇਆ। ਇਹ ਗੁਰਬਾਣੀ ਦੀ ਗਵਾਹੀ ਹੈ। ਜੇ ਹੋਰ ਤੁਸੀਂ ਘੰਟਾ ਬੈਠ ਕੇ, ਦੋ ਘੰਟੇ ਬੈਠ ਕੇ ਗੁਰਬਾਣੀ ਸੁਣਦੇ ਹੋ, ਇਹਦਾ ਫਲ ਤਾਂ ਮੈਂ ਕਹਿ ਨਹੀਂ ਸਕਦਾ। ਜੇ ਕਿਸੇ ਨੇ ਧੰਨ ਗੁਰੂ ਅਮਰਦਾਸ ਜੀ ਕਹਿਤਾ, ਉਹਦੇ ਨੇੜੇ ਜਮ ਨਹੀਂ, ਕੌਣ ਨਹੀਂ ਡਰਦਾ ਆਪਾਂ ਵਿੱਚੋਂ ਜਮਾਂ ਤੋਂ। ਜਗ ਮਰਨ ਨਾ ਪਾਇਆ, ਜਿੱਥੇ ਆਪ ਲੁਕਾਇਆ, ਮਤ ਜੰਪ ਕਰੈ ਲੈ ਜਾਏ ਜੀ। ਸਾਰਿਆਂ ਨੂੰ ਕਿਸੇ ਨੂੰ ਮਰਨਾ ਪਾਉਂਦਾ ਨੀ, ਸਾਰੇ ਡਰਦੇ ਆ, ਨਾਲੇ ਸਾਰਿਆਂ ਦਾ ਵਾਹ ਪੈਣਾ ਹੈ। ਸਿੱਖੋ ਆਓ, ਬੇਟੀਆਂ ਨੂੰ ਗਾਗਰ ਕਰੀਏ, ਸਾਰੀਆਂ ਸੰਗਤਾਂ ਨੂੰ ਭਾਈ ਵਧਾਈ ਪ੍ਰਦਾਨ ਹੋਵੇ। ਐਸੇ ਸਤਿਗੁਰਾਂ ਦਾ ਸਤਸੰਗ ਜੀ ਆਉਣਾ ਵਾਸਤ ਵਿੱਚ, ਭਾਵੇਂ ਗੁਰੂ ਜਨਮ ਨਹੀਂ ਲਿਆ ਕਰਦਾ ਨਾ ਹੀ ਗੁਰੂ ਮਰਿਆ ਕਰਦਾ। ਕਿਉਂ? ਗੁਰੂ ਦੀ ਸਤਸੰਗ ਜੀ ਦੇਹ ਪ੍ਰਗਟ ਹੁੰਦੀ ਹੈ ਦ੍ਰਿਸ਼ਟੀ ਗੋਚਰ। ਕਿਉਂ? ਆਪਾਂ ਦੇਹ ਨਹੀਂ ਹਾਂ,
ਜੇ ਆਪਾਂ ਦੇਹ ਨਹੀਂ ਹਾਂ ਆਪਣੇ ਆਪ ਨੂੰ ਮੰਨਦੇ ਤਾਂ ਗੁਰੂ ਤੋਂ ਗਿਆਨਵਾਨ ਹੈ, ਸਾਡੇ ਵਰਗਾ ਗਿਆਨੀ ਨਹੀਂ, ਉਹ ਦੇਹ ਨੂੰ ਕਿਵੇਂ ਕਹਿ ਦੂਗਾ ਆਹ ਮੈਂ ਗੁਰੂ ਬੈਠਾ ਤੁਹਾਡੇ ਸਾਹਮਣੇ। ਉਸਨੇ ਸਤਸੰਗਤ ਜੀ ਗੁਰੂ ਨੇ ਚੇਤਨ ਬ੍ਰਹਮ ਨੇ ਸਤਿਗੁਰ ਮੇਰਾ ਨਿਤਨਵਾ ਨਾ ਆਵੇ ਨਾ ਜਾਏ, ਉਹ ਵਿਨਾਸੀ ਪੁਰਖਾ ਸਮੇ ਰਿਹਾ ਸਮਾਏ। ਗੁਰੂ ਸਤਸੰਗਤ ਜੀ ਸਾਰੀਆਂ ਸੰਗਤਾਂ ਚ ਵਿਆਪਕ ਹੋ ਰਿਹਾ। ਜੇ ਨਾ ਹੋਵੇ ਤਾਂ ਨਾਮ ਦੇ ਰਸੀਆਂ ਨੂੰ ਜਾ ਕੇ ਪੁੱਛੋ, ਕੋਈ ਦੱਸ ਵੀ ਦਿੰਦਾ ਕੋਈ ਨਹੀਂ ਵੀ ਦੱਸਦਾ ਹੈ। ਕਿਉਂ ਸੂਮ ਕਿੱਥੇ ਦੱਸਦਾ ਮੇਰੇ ਕੋਲ ਧਨ ਕਿੰਨਾ ਕੁ ਹੈ, ਗੁਰਸਿੱਖ ਆਪਦੇ ਭਜਨ ਸਿਮਰਨ ਕਮਾਈ ਉਹਨੂੰ ਕੀ ਲੋੜ ਪਈ ਹੈ ਲੋਕਾਂ ਨੂੰ ਦੱਸਣ ਦੀ। ਲੇਕਿਨ ਸਤਸੰਗਤ ਜੀ ਨਾਮ ਦੇ ਰਸੀਆਂ ਨੂੰ ਕੀ ਗੁਰੂ ਨਾਨਕ ਦੇਵ ਜੀ ਦਰਸ਼ਨ ਨਹੀਂ ਦਿੰਦੇ, ਕੀ ਦਸਵੇਂ ਪਾਤਸ਼ਾਹ ਦਰਸ਼ਨ ਨਹੀਂ ਦਿੰਦੇ। ਜੋ ਵੀ ਸਤਸੰਗਤ ਜੀ ਸਿਮਰਨ ਭਜਨ ਕਰੇਗਾ, ਰਹਿਤ ਬਹਿਤ ਸਾਰਿਆਂ ਪੱਖਾਂ ਤੋਂ ਸਤਸੰਗ ਜੀ ਰੱਖ ਕੇ ਜਿਸ ਵੇਲੇ ਬਿਰਤੀ ਉੱਜਲ ਹੋ ਜਾਵੇਗੀ, ਉਸ ਵੇਲੇ ਗੁਰੂ ਸਾਹਿਬ ਦੂਰ ਨਹੀਂ ਹੈ, ਸਦ ਹਜੂਰ ਹਾਜ਼ਰ ਹੈ ਨਾਜ਼ਰ, ਕਤੋਂ ਨਾ ਪਿਓ ਦੁਰਾਈ। ਜੇ ਤੇਰਾ ਸਤਸੰਗ ਦਰਸ਼ਨ ਹੋ ਜਾਣ ਉੱਥੇ ਕੀ ਲਾਭ ਹੈ, ਜੰਮਣ ਮਰਨ ਦਾ ਚੱਕਰ ਸਮਾਪਤ ਹੈ। ਬ੍ਰਹਮ ਦੇ ਵਿੱਚ ਲੀਨਤਾ ਜਿਉਂ ਜਲ ਮੈਂ ਜਲ ਆਇਕ ਟਾਨਾ, ਜਿਉਂ ਜੋਤੀ ਸੰਗ ਜੋਤ ਸਮਾਨਾ। ਜੇ ਐਸੀ ਪਦਵੀ ਸਤਸੰਗ ਜੀ ਆਪਾਂ ਨੂੰ ਮਾਨਸ ਦੇਹੀ ਦੇ ਅੰਦਰ ਮਿਲ ਜਾਵੇ, ਹੋਰ ਸਿੱਖੋ ਕੀ ਭਾਲਦੇ ਆ ਸੰਸਾਰ ਤੇ ਆ ਕੇ। ਆਓ ਸਤਿਗੁਰੂ ਨਾਨਕ ਦੇਵ ਸਾਹਿਬ ਜੀ, ਆਪ ਜੀ ਸਤਸੰਗਤ ਜੀ ਮੋਦੀਖਾਨਾ ਤਿਆਗ ਚੁੱਕੇ ਹੈ, ਪਰਿਵਾਰ ਟਿਕਾਣੇ ਲੱਗ ਗਿਆ ਹੈ, ਬੀਬੀ ਨਾਨਕੀ ਨੇ ਗੋਦ ਲੈ ਲਿਆ, ਸ੍ਰੀ ਚੰਦ ਨੂੰ ਪਾਲਦੀ ਹੈ, ਮਾਤਾ ਸੁਲੱਖਣੀ ਲਖਮੀ ਚੰਦ ਨੂੰ ਗੋਦ ਲੈ ਕੇ ਪੇਕਿਆਂ ਤੁਰ ਗਈ ਹੈ, ਮਾਤਾ ਪਿਤਾ ਬਿਰਧ ਅਵਸਥਾ ਤੜਫਦੇ ਨੇ ਮੋਹ ਦੀ, ਜਿਹੜੀ ਡੋਰ ਹੈ ਟੁੱਟਣੀ ਬੜੀ ਔਖੀ ਹੈ। ਅੱਜ ਰਾਏ ਬਰਾਰ ਸਤਸੰਗਤ ਜੀ ਬਿਰਧ ਅਵਸਥਾ ਹੈ, ਦੇਖ ਰਿਹਾ ਚਕੋਰ ਵਾਂਗੂ, ਇਹ ਸਤਿਗੁਰੂ ਜੀ ਕਿਰਪਾ ਕਰੋ, ਪਤਾ ਨੀ ਕਦੋਂ ਸਰੀਰ ਨੇ ਜੁੱਟ ਜਾਣਾ, ਮੈਨੂੰ ਗਿਆਨ ਦੇ ਦਿਓ। ਸਤਿਗੁਰਾਂ ਨੇ ਇਹਨੂੰ ਗਿਆਨ ਦੇਣ ਦੇ ਵਾਸਤੇ ਸਤਸੰਗਤ ਜੀ ਨਨਕਾਣੇ ਸਾਹਿਬ ਆਉਣਾ ਕੀਤਾ। ਮਾਤਾ ਪਿਤਾ ਲੋਚਦੇ ਨੇ ਇਹ ਫਕੀਰੀ ਲਿਬਾਸ ਸਾਨੂੰ ਚੰਗਾ ਨਹੀਂ ਲੱਗਦਾ, ਖਾਨਦਾਨ ਦੇ ਅੰਦਰ ਬਦਨਾਮੀ ਹੈ, ਕਹਿਣਗੇ ਨਲਾਇਕ ਸੀ, ਕੁਝ ਇਸ ਨੂੰ ਆਉਂਦਾ ਨਹੀਂ ਸੀ, ਸਾਧਾਂ ਨਾਲ ਰਲ ਗਿਆ, ਬਾਬਾ ਕਾਲੂ ਤੜਫਦਾ। ਸੰਸਾਰੀ ਬਿਰਤੀ ਜੋ ਹੋਈ, ਲੇਕਿਨ ਅੱਜ ਗੁਰੂ ਨਾਨਕ ਦੇਵ ਸਾਹਿਬ ਜੀ ਆ ਕੇ ਸਤਸੰਗਤ ਜੀ ਰਾਏ ਬਲਾਰ ਨੂੰ ਦਰਸ਼ਨ ਦਿੱਤੇ, ਲਾਏ ਬਰਾਏ ਬਰ ਹਰ ਕੋਲੇ ਵੀ ਸਿਫਾਰਿਸ਼ ਪਾਈ ਹੈ। ਮਾਤਾ ਤ੍ਰਿਪਤਾ ਨੇ ਬਾਬਾ ਕਾਲੂ ਜੀ ਨੇ ਕਿ ਸਮਝਾਓ ਤੁਹਾਡੇ ਕਹੇ ਲੱਗ ਜਾਣਗੇ ਘਰੇ ਰਹਿਣ, ਜੇ ਭਾਈ ਘਰੇ ਰਹਿੰਦੇ ਆ ਥਾਂ ਥਾਂ ਸੰਗਤਾਂ ਨਾ ਸਤਸੰਗ ਜੀ ਸਜਦੀਆਂ, ਇਹ ਸਤਿਗੁਰੂ ਜੀ ਦਾ ਹੀ ਪਰਉਪਕਾਰ ਹੈ। ਸੋ ਪ੍ਰੇਮੀਓ, ਆਪ ਜੀ ਨੂੰ ਜਿਸ ਵੇਲੇ ਬਹੁਤ ਸਾਰਾ ਪ੍ਰੇਰਿਆ, ਆਪਣੀ ਮੌਜ ਵਿੱਚ ਜਵਾਬ ਦਿੰਦੇ ਰਹੇ, ਜੋ ਉਹਨਾਂ ਨੇ ਖੇਤੀ ਕਰੋ, ਨਹੀਂ ਕਰਨੀ ਤਾਂ ਵਪਾਰ ਕਰ ਲਓ, ਨਹੀਂ ਵਪਾਰ ਕਰਨਾ ਤਾਂ ਹੱਟੀ ਕਰ ਲਓ, ਨਹੀਂ ਹੱਟੀ ਕਰਨੀ ਕੋਈ ਨੌਕਰੀ ਕਰ ਲਓ, ਉੱਥੇ ਚਾਰੇ ਸਤਸੰਗ ਜੀ ਜੋ ਰਾਇਆਂ ਦਿੱਤੀਆਂ, ਚੌਹਾਂ ਸਿਧਾਂਤਾਂ ਨੂੰ ਜਣਾਉਣ ਵਾਸਤੇ ਆਪ ਨੇ ਮਨਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨਖੇਤ, ਨਾਮ ਵੀਰ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ, ਚਾਰੇ ਕਿੱਥੇ ਦੱਸ ਦਿੱਤੇ ਗੁਰਸਿੱਖਾਂ ਪ੍ਰਤੀ ਵੀ ਅੱਗੇ ਕਿ ਅਹੀਆ ਜਿਹਾ ਕਰਿਆ ਕਰੋ, ਨੌਕਰੀ ਕਰਨੀ ਹੈ ਅਹੀ ਜੀ, ਵਪਾਰ ਕਰਨਾ ਤਾਂ ਆ ਹੈ, ਜੇ ਖੇਤੀ ਕਰਨੀ ਹੈ ਇਸ ਤਰ੍ਹਾਂ ਦੀ ਹੈ, ਜੇ ਹੱਟੀ ਕਰਨੀ ਹੈ ਇਹੀ ਦੀ ਹੈ। ਬਹਾਨਾ ਸੀ ਸਤਸੰਗਤ ਜੀ ਇਹ ਭਵਿੱਖ ਵਾਸਤੇ ਗੁਰਸਿੱਖਾਂ ਨੂੰ ਯੁਕਤੀਆਂ ਦੱਸੀਆਂ ਨੇ ਕਿ ਇਸ ਤਰ੍ਹਾਂ ਤੁਸੀਂ ਭਾਈ ਆਪਣਾ ਜੀਵਨ ਬਤੀਤ ਕਰਨਾ। ਸੋ ਗੁਰਸਿੱਖੋ, ਆਪ ਜੀ ਹੁਣ ਚਾਹੁੰਦੇ ਹਨ ਇਹ ਤੜਫਦੇ ਛੱਡ ਜਾਈਏ ਫਿਰ ਵੀ ਠੀਕ ਨਹੀਂ, ਮਾਤਾ ਪਿਤਾ ਇਹਨਾਂ ਦਾ ਮੋਹ ਮੇਟ ਕੇ ਜਾਈਏ ਫਿਰ ਠੀਕ ਹੈ।
ਕਿਉਂ ਬੋਧ ਬੋਹ ਕਰਕੇ ਦੁਖੀ ਆ, ਜੇ ਬੋਹ ਹੀ ਮਿਟ ਜੇ ਫਿਰ ਠੀਕ ਹੈ, ਸ਼ਾਂਤੀ ਹੈ ਮਨ ਨੂੰ। ਆਪ ਜੀ ਸਤ ਸੰਗਤ ਜੀ ਰਾਏ ਬਲਾਰ ਨੇ ਬੇਨਤੀ ਕੀਤੀ, ਮਹਾਰਾਜ ਮੈਨੂੰ ਗਿਆਨ ਉਪਦੇਸ਼ ਦਿਓ। ਸਤਿਗੁਰੂ ਜੀ ਨੇ ਸਤ ਸੰਗਤ ਦੇਹ ਦੀ ਮਮਤਾ ਛਡਾਈ ਇਸ ਨੇ, ਕਹਿੰਦੇ ਦੱਸ ਤੂੰ ਕੌਣ ਹੈ? ਕਹਿੰਦਾ ਮੈਂ ਰਾਏ ਬਲਾਰ ਹਾਂ, ਮੇਰਾ ਨਾਂ ਹੈ, ਮੇਰੇ ਸੱਚੇ ਸੰਬੰਧੀ ਹਨ, ਮੈਂ ਇੱਥੇ ਦਾ ਰਜਵਾੜਾ, ਜਾਤੀ ਕਰਕੇ ਮੁਸਲਮਾਨ ਹਾਂ। ਮਹਾਰਾਜ ਕਹਿੰਦੇ ਜੋ ਕੁਛ ਤੈਨੂੰ ਪ੍ਰਤੀਤ ਹੋ ਰਿਹਾ ਇਹ ਦੇਹ ਕਰਕੇ ਹੋ ਰਿਹਾ, ਅਗਿਆਨ ਕਰਕੇ। ਕਹਿੰਦਾ ਜੀ ਅਗਿਆਨ ਵਿੱਚ ਵੀ ਮੈਂ ਫਰਕ ਸਮਝਦਾ, ਤੁਸੀਂ ਦੱਸਿਆ ਹੈ ਸ਼ਾਸਤਰਾਂ 'ਚ ਕਿ ਅਗਿਆਨ ਹਨੇਰੇ ਨੂੰ ਕਹਿੰਦੇ ਹੈ, ਮੈਂ ਤਾਂ ਹਨੇਰੇ ਨਾਲੋਂ ਵੀ ਅਗਿਆਨ ਨੂੰ ਖਤਰਨਾਕ ਮੰਨਦਾ। ਹਨੇਰੇ ਵਿੱਚ ਜਿੱਥੇ ਹੱਥ ਮਾਰਿਆ ਨਹੀਂ ਦਿੰਦਾ, ਤੁਹਾਨੂੰ ਆਪਣਾ ਆਪ ਤਾਂ ਨਹੀਂ ਭੁੱਲਦਾ, ਉਹ ਤਾਂ ਪਤਾ ਹੀ ਹੁੰਦਾ ਵੀ ਮੈਂ ਹੈਗਾ। ਹਨੇਰੇ ਵਿੱਚ ਹੋਰ ਸਾਰੀਆਂ ਵਸਤੂਆਂ ਕੋਈ ਨਹੀਂ ਦਿਸਣਗੀਆਂ ਆਪਾਂ ਨੂੰ, ਲੇਕਿਨ ਆਪਣਾ ਆਪ ਦਾ ਪਤਾ ਵੀ ਆ ਹੈਗਾ। ਲੇਕਿਨ ਅਗਿਆਨ ਦਾ ਹਨੇਰਾ ਐਸਾ, ਆਪਣੇ ਆਪ ਦਾ ਪਤਾ ਨਹੀਂ ਵੀ ਮੈਂ ਕੌਣ। ਹਨੇਰੇ ਨਾਲੋਂ ਵੀ ਇਹ ਸੱਤ ਨਹੀਂ ਖਤਰਨਾਕ ਹੈ। ਉਸ ਵੇਲੇ ਮਹਾਰਾਜ ਸੱਤ ਜੀ ਇਹਦੀ ਸਥੂਲ ਦੇਹ ਦੀ ਹੰਗਤਾ ਤਿਆਗ ਛਡਾ ਰਹੇ ਨੇ। ਕਹਿੰਦਾ ਜੀ ਮੈਂ ਇੰਦਰੀਏ ਹਾਂ, ਮੈਂ ਦੇਖਦਾ ਹਾਂ, ਮੈਂ ਖਾਂਦਾ, ਮੈਂ ਪੀਂਦਾ। ਮਹਾਰਾਜ ਕਹਿੰਦੇ ਇਹ ਇੱਕੋ ਹੈ, ਤੂੰ ਤਾਂ ਇੱਕੋ ਹੈ, ਇੰਦਰੀਏ ਤੂੰ ਕਿਵੇਂ ਹੋ ਸਕਦਾ? ਗੁੰਗੇ ਨੇ ਰਸਨਾ ਕੰਮ ਨਹੀਂ ਕਰਦੀ, ਅੱਖਾਂ ਤੋਨੇ ਹੋ ਜਾਂਦੇ ਨੇ, ਉਹ ਫਿਰ ਵੀ ਜਿਉਂਦੇ ਰਹਿੰਦੇ ਨੇ, ਇਸ ਕਰਕੇ ਇੰਦਰੀਏ ਤੂੰ ਨਹੀਂ ਹੈ। ਕਹਿੰਦੇ ਜੀ ਮੈਂ ਪ੍ਰਾਣ ਹਾਂ। ਮਹਾਰਾਜ ਕਹਿੰਦੇ ਤੇਰਾ ਸਰੂਪ ਅਚਲ ਹੈ, ਇਹ ਤਾਂ ਅੱਠੇ ਪਹਿਰੀ ਤੁਰੇ ਫਿਰਦੇ ਨੇ ਪ੍ਰਾਣ, ਨਾ ਰਾਤ ਟਿਕਣ ਨਾ ਦਿਨ ਟਿਕਣ। ਕਹਿੰਦਾ ਜੀ ਮੈਂ ਮਨ ਹਾਂ। ਮਹਾਰਾਜ ਕਹਿੰਦੇ ਨਹੀਂ, ਮਨ ਵੀ ਤੂੰ ਨਹੀਂ। ਇੰਦਰੀਆ ਪੈ ਜਰਥਾ ਜਰਥਨ ਬਨੂ ਪਿਆ, ਮਨਾ ਮਨ ਸਤੂ ਬੁੱਧੀ ਉਧੇਰ ਆਤਮਾ ਮਹਾਨ ਪਰ, ਮਨ ਬੁੱਧੀ ਤੋਂ ਵੀ ਪਰੇ ਜਿਹੜਾ ਤੇਰਾ ਆਤਮ ਸਰੂਪ ਹੈ, ਉਹਦਾ ਗਿਆਨ ਕਰਾ ਦਿੱਤਾ ਸਤਸੰਗ ਜੀ ਮਹਾਰਾਜ। ਜਿਸ ਵੇਲੇ ਇਹ ਗਿਆਨ ਕਰਾਇਆ, ਫੇਰ ਕਿਹਾ ਹੈ ਸਾਰੇ ਪਰਿਵਾਰ ਨੂੰ ਰਾਏ ਬਲਾਰ ਨੇ ਕਿ ਹੇ ਕਾਲੂ, ਗੁਰੂ ਨਾਨਕ ਦੇਵ ਸਾਹਿਬ ਜੀ ਕਿਸੇ ਦੇ ਰੱਖਣ ਦੇ ਨਹੀਂ, ਤੂੰ ਆਪਣਾ ਭਲਾ ਸਮਝ, ਇਹਨਾਂ ਨੂੰ ਮੌਜ ਮਾਣ ਦੇ, ਜੋ ਇਹ ਸੰਸਾਰ ਚ ਕਰਨ ਆਏ ਨੇ ਪਰਉਪਕਾਰ, ਉਹਦੇ ਚ ਰਿੱਖਾ ਨਾ ਬਣੋ, ਕਰ ਲੈਣ ਦਿਓ। ਐਸੀ ਕਥਾ ਸਤ ਸੰਜੀ ਅੰਮ੍ਰਿਤਮਈ। ਆਓ ਆਪਾਂ ਕੋਈ ਸਮਾਂ ਵਿਚਾਰੀਏ, ਆਹ ਬਿੱਟੀਆਂ ਨੂੰ ਕਾਗਰ ਕਰੋ, ਐਸੇ ਸਤਿਗੁਰੂ ਜੀ ਦਾ ਧਿਆਨ ਧਾਰੀਏ, ਜਿਸ ਕਰਕੇ ਆਪਣਾ ਜਨਮ ਸਫਲਾ ਹੋਵੇ। ਹੋਰ ਇਉਂ ਵਿਚਾਰ ਰਾਏ ਕਾਲੂ ਤੋਂ ਲਾਏ ਗਿਰਾ, ਵਿਚਾਰ ਕਰਕੇ ਰਾਏ ਬੁਲਾਰ ਨੇ ਕਿ ਬ੍ਰਹਮ ਰੂਪ ਹਨ, ਇਹ ਖੁਦਾ ਦਾ ਰੂਪ ਹਨ। ਬਾਬਾ ਕਾਲੂ ਜੀ ਨੂੰ ਬਾਣੀ ਕਹੀ, ਰੂਪ ਸੁਖਦਾਇ ਨਹਿ ਕਾਂਕੇ ਕਰਮ ਆਏ ਹੈ, ਇਹ ਸੁਖਦਾਤੇ ਹਨ, ਸੁਖ ਸਰੂਪ ਹਨ, ਇਹ ਕਿਸੇ ਦੇ ਹੱਥ ਵਿੱਚ ਅਧੀਨ ਨਹੀਂ ਹਨ। ਮਨ ਨਾ ਡੁਲਾਏ ਅਬ ਬੈਠ ਘਰ ਜਾਏ ਨੇ, ਜਾ ਕੇ ਪਟਵਾਰੀਆ ਘਰ ਬਹਿ ਜਾ ਮੌਜ ਨਾਲ, ਕਿਉਂ ਮਨ ਡੁਲਾਉਂਦਾ ਹੈ? ਚਿੰਤ ਕੋ ਬਿਲਾਏ ਸੁਤ ਤੇਰੋ ਦੁਖ ਉਦਾਏ ਹੈ, ਚਿੰਤ ਨੂੰ ਤਿਆਗ ਦੇ ਹਿਰਦੇ ਚੋ ਚਿੰਤਾ, ਇਹ ਜਿਹੜਾ ਤੇਰਾ ਪੁੱਤਰ ਹੈ, ਪੁੱਤਰ ਨਹੀਂ ਇਹ ਖੁਦਾ ਹੈ, ਤੇਰੇ ਜਨਮਾਂ ਜਨਮਾਂ ਦੇ ਦੁੱਖ ਸਾਰੇ ਖਤਮ ਕਰ ਦੇਵੇਗਾ, ਤੇਰੇ ਉੱਤੋਂ ਭਾਗ ਹਨ। ਧਰਿਓ ਹੈ ਖੁਦਾਏ ਤਨ, ਖੁਦਾ ਨੇ ਸਰੂਪ ਧਾਰਿਆ, ਇਨਕੀ ਰਜਾਏ ਸਕੇ ਕੌਣ ਉਲਟਾਏ, ਇਹਨਾਂ ਦੀ ਆਗਿਆ ਕੋਈ ਉਲਟਾ ਨਹੀਂ ਸਕਦਾ ਗੁਰੂ ਨਾਨਕ ਦੇਵ ਜੀ ਦੀ। ਹੇ ਕਾਲੂ, ਹੈ ਇੱਛਾ ਤੈ ਜਾਏ ਹੈ, ਜਿੱਥੇ ਇੱਛਾ ਇਹ ਜਾਣਗੇ ਆਪਣੇ ਮਰਜ਼ੀ ਦੇ ਮਾਲਕ ਹਨ। ਦਾਨ ਦਾ ਆਨੰਦ ਸੁਖ ਕੰਧ ਜਗ ਬੰਦ ਯੋਗ, ਜਗ ਦੇ ਬੰਧਨਾ ਕਰਨੇ ਯੋਗ ਨੇ, ਦਾਨ ਦੇਣ ਵਾਲੇ ਨੇ ਅਵਤਾਰ ਵਾਹੇ ਵਾਹੇ ਹੈ, ਉਹ ਵਾਹਿਗੁਰੂ ਦਾ ਅਵਤਾਰ ਹਨ ਜੋ ਸਰਜ ਰੂਪ ਹੈ,
ਜੋ ਅਸਚਰਜ ਮਹਾਂ ਬਿਸਮਾਵਤ ਤਾਹੇ ਕਹੋ ਮੁਖ ਵਾਹਿਗੁਰੂ। ਉਸ ਦਾ ਸਰੂਪ ਹਨ ਇਹ ਦੰਭੀ ਪਖੰਡੀਆਂ ਨੂੰ ਥੱਲੇ ਸਿੱਟਣ ਗਏ। ਕਾਲੂ ਸੁਣ ਬਾਤ ਮਨ ਮਾਹੇ ਪਛਤਾ ਦਿਆਤ। ਬਾਬਾ ਕਾਲੂ ਨੇ ਜਿਸ ਵੇਲੇ ਰਾਏ ਬੁਲਾਰ ਤੋਂ ਬਚਨ ਸੁਣੇ ਕਿ ਮੇਰਾ ਪੁੱਤਰ ਮੇਰੇ ਬਸ ਚ ਨਹੀਂ ਰਹੇਗਾ, ਮਨ ਵਿੱਚ ਪਛਤਾਉਂਦਾ ਹੈ। ਗਿਆਨ ਨੇ ਜਿਤਾਤ ਨਹਿ ਭੇਪ ਕੋ ਪਛਾਣ। ਭੇਤ ਨਹੀਂ ਪਛਾਣਦਾ ਕਿ ਨਿਰੰਕਾਰ ਰੂਪ ਹਨ, ਆਪਣਾ ਪੁੱਤਰ ਸਮਝਦਾ ਹੈ। ਗਵਨਿਓ ਆਵਾਸ ਬਹੁ ਲੇਤ ਸੀਤ ਸਵਾਸ ਤਪ। ਹੋ ਕੇ ਲੈਂਦਾ ਜਾ ਰਿਹਾ ਆਪਦੇ ਘਰ ਨੂੰ ਬਾਬਾ ਕਾਲੂ ਜੀ। ਬਹੁਤ ਸੁਖ ਜੋ ਤਾ ਕੋ ਦੁਖ ਪਰਮਾ ਨਹੀਂ। ਹੈ ਤਾਂ ਸੁਖ ਮਿਲਣਾ ਹੈ, ਕਿਉਂ? ਗੁਰੂ ਨਾਨਕ ਦੇਵ ਜੀ ਨੇ ਘਰ ਘਰ ਜੰਮਣਾ, ਸਤ ਸੰਗਤ ਜੀ ਪ੍ਰਗਟ ਹੋਣਾ ਹੈ। ਬਾਬਾ ਕਾਲੂ ਧਨ ਹੈ, ਪਰ ਇਹ ਦੁੱਖ ਮੰਨਦਾ ਹੈ ਬਾਬਾ ਕਾਲੂ। ਸੋਧਾ ਸਿੰਧ ਤਿਆਗ ਜਾਣ ਰਾਗ ਮ੍ਰਿਗ ਤ੍ਰਿਖਾ ਨੀਰ। ਜੇ ਕੋਈ ਅੰਮ੍ਰਿਤ ਦੇ ਸਰੋਵਰ ਨੂੰ ਛੱਡ ਕੇ, ਆ ਜਿਹੜਾ ਮ੍ਰਿਗ ਤ੍ਰਿਸ਼ਨਾ ਦਾ ਪਾਣੀ ਹੁੰਦਾ, ਭੱਖ ਲੱਗਦੇ ਨੇ ਗਰਮੀ ਚ, ਦੂਰੋਂ ਜਲ ਦੀਂਦਾ ਹੈ, ਜੇ ਉਹਦੇ ਨਾਲ ਕੋਈ ਪ੍ਰੇਮ ਕਰੇ। ਸ਼ਰਧਾ ਧਾਰ ਲੇਤ ਨਾ ਗਿਆਨ ਗਤ ਦਾ ਨਹੀਂ। ਮੁਕਤੀ ਦਾ ਤੇ ਸਤਿਗੁਰਾਂ ਦਾ ਸ਼ਰਧਾ ਧਾਰ ਕੇ ਗਿਆਨ ਨਹੀਂ ਲੈ ਰਿਹਾ ਬਾਬਾ ਕਾਲੂ ਜੀ। ਕਾਲੂ ਜਾਤ ਸਾਧ ਸਮਝ ਆਏ ਦੇ ਕਸਤ ਗਾਤ। ਮੁੜੇ ਜਾ ਰਹੇ ਨੇ ਰਾਏ ਬੁਲਾਰ ਦੀ ਕਚਹਿਰੀ ਵਿੱਚੋਂ ਘਰ ਨੂੰ, ਚਾਚਾ ਲਾਲੂ ਆਪਣਾ ਵੱਡਾ ਭਰਾ ਸਮਝ ਕੇ, ਕਿ ਚਿੰਤਾ ਦਾ ਗ੍ਰਸਿਆ ਪੁੱਤਰ ਦੇ ਮੋਹ ਵਿੱਚ, ਸਮਝਾਉਂਦਾ ਜਾਂਦਾ ਹੈ ਬਾਬੇ ਕਾਲੂ ਨੂੰ, ਚਾਚਾ ਲਾਲੂ ਧਾਰੋ ਸਰੀਰ ਧੀਰ, ਕਿਉਂ ਤੂੰ ਪੀਰ ਮਾਂ ਨਹੀਂ। ਇਹ ਭਰਾਤਾ ਕਿਉਂ ਪੁੱਤਰ ਦੇ ਵਿਛੋੜੇ ਦੀ ਪੀੜ ਮੰਨਦਾ ਹੈ? ਧੀਰਜ ਧਾਰ। ਮਾਤ ਘਰ ਜਾਤ ਬਿਲ ਖਾਤ ਬਿਰਹਾ ਤੁਰੀ। ਮਾਤਾ ਤ੍ਰਿਪਤਾ ਵੀ ਜਾ ਰਹੀ ਹੈ, ਬਰਲਾਪ ਕਰਦੀ ਹੈ, ਘਰ ਨੂੰ ਜਾਂਦੀ ਹੈ, ਪਿਆਸੀ ਹੈ ਦਰਸ਼ਨਾਂ ਦੀ। ਉਤੋਂ ਇੱਕ ਤਾਤ ਤੋਂ ਉਪਦੇਸ਼ ਜਾਣਤਾ ਨਹੀਂ। ਕੀ ਕਹਿੰਦੀ ਜਾਂਦੀ ਹੈ? ਇੱਕੋ ਹੀ ਮੇਰਾ ਪੁੱਤਰ ਹੈ, ਪਰਮੇਸ਼ਰ ਨੇ ਦਿੱਤਾ, ਉਹ ਵੀ ਮੇਰੇ ਕੋਲ ਨਹੀਂ ਰਹਿ ਰਿਹਾ, ਪ੍ਰਦੇਸ਼ ਜਾਣ ਦੀ ਮੱਥ ਲਈ ਉਸਨੇ। ਰਾਏ ਸਮਝਾਇਓ ਨਾ ਵਾਕ ਮਨ ਭਾਇਓ ਕੋ। ਪਰ ਰਾਏ ਬੁਲਾਰ ਨੇ ਸਮਝਾਏ, ਪਰ ਇਹਨਾਂ ਨੂੰ ਕੋਈ ਚੰਗਾ ਨਹੀਂ ਲੱਗਿਆ। ਇਹ ਵੀ ਕਹਿੰਦੇ ਨੇ ਕਿ ਸਾਡੇ ਤਾਂ ਸਾਡੇ ਪੁੱਤਰ ਨੇ ਕੀ ਕਹੇ ਲੱਗਣਾ ਸੀ, ਰਾਏ ਬੁਲਾਰ ਇਹਨਾਂ ਤੇ ਸ਼ਰਧਾ ਰੱਖਦਾ ਸੀ, ਉਹਦੇ ਕਹੇ ਵੀ ਨਹੀਂ ਲੱਗੇ। ਉਦਾਸੀਨ ਭਾਇਓ ਨਾ ਆਵਾਸ ਹਿੱਤ ਜਾਣਹੀ। ਘਰ ਦਾ ਭੋਰਾ ਵੀ ਹਿੱਤ ਨਹੀਂ ਇਹਨਾਂ ਨੂੰ, ਹਰ ਵੇਲੇ ਉਪਰਾਮ ਹੋ ਗਏ ਨੇ। ਬੇਦੀ ਕੋਲ ਕੇਤ ਰਹੇ ਰਾਏ ਕੇ ਨਿਕੇਤ ਨਿਸ। ਉਸ ਦਿਨ ਸਤਸੰਗੀ ਰਾਤ ਨੂੰ ਰਾਏ ਬੁਲਾਰ ਦੇ ਪ੍ਰੇਮ ਨੂੰ ਦੇਖ ਕੇ, ਬੇਦੀ ਕੁਲ ਦੇ ਸਤਸੰਗੀ ਨਿਸ਼ਾਨ ਨੂੰ ਸਤਿਗੁਰੂ ਜੀ ਉਹਦੇ ਘਰ ਰਹੇ। ਹੋਰ ਜਬ ਪਈ ਜਾਏ ਵੈਸੇ ਉਹਦਿਆਂ ਨਹੀਂ। ਜਦੋਂ ਸਵੇਰ ਹੋਈ ਆਪਣੀ ਮੌਜ ਦੇ ਨਾਲ ਉਜਾੜ ਇਕਾਂਤ ਵਿੱਚ ਜਾ ਕੇ ਬੈਠ ਕੇ ਬਾਹਰ, ਬਸ ਰੁਕ ਜਾਰ ਕਰ ਆਪਣੇ ਅਗਾਰ ਆਏ। ਸਾਰਾ ਦਿਨ ਬਾਹਰ ਰਹੇ, ਜਦੋਂ ਦਿਨ ਛਿਪ ਗਿਆ ਵਾਪਸ ਆਪਣੇ ਘਰ ਆ ਗਏ। ਮੋਖ ਕੇ ਉਦਾਰ ਕਰ ਤਾਰ ਗੁਣ ਖਾਣੀ। ਜੋ ਗੁਣਾਂ ਦੀ ਖਾਣੀ, ਮੁਕਤੀ ਦੇ ਦਾਤੇ ਗੁਰੂ ਨਾਨਕ ਦੇਵ ਜੀ ਕਰਤਾ ਪੁਰਖ ਦਾ ਰੂਪ ਹਨ। ਮਾਤ ਹਰ ਖਾਏ ਔਰ ਆਨੰਦ ਨਾਮ ਆਏ। ਜਦੋਂ ਮਾਤਾ ਨੇ ਦੇਖਿਆ ਮੇਰਾ ਪੁੱਤਰ ਤਾਂ ਆ ਗਿਆ, ਤਾਂ ਧੀਰਜ ਧਾਰਿਆ ਵੀ ਨਹੀਂ ਜਾਣਗੇ, ਬੜੀ ਖੁਸ਼ ਹੋਈ, ਹਿਰਦੇ ਚ ਨੱਟ ਕੇ ਆਈ। ਸੋਤਨੇ ਅਧਕਾਏ ਮੋਹ ਸਮਝ ਆਵਈ। ਨੇੜੇ ਹੋ ਕਰਕੇ ਜਿਸ ਨੂੰ ਬਹੁਤ ਮੋਹ ਹੈ, ਨੇੜੇ ਹੋ ਕੇ ਸਮਝਾਉਂਦੀ ਹੈ। ਕਾਜ ਨਹਿ ਰਹੋ ਘਰ ਮਾਏ ਬੈਸੇ। ਇਹ ਮੇਰੇ ਪਿਆਰੇ ਪੁੱਤਰ, ਤੈਨੂੰ ਕੋਈ ਕੰਮ ਨੀ ਤੇਰੇ ਕੋਲੋਂ ਕਰਾਉਂਦੇ, ਘਰ ਬੈਠਾ ਰਹਿ ਮੌਜ ਨਾਲ। ਤੂੰ ਨਾ ਕਹੇ ਹੈ ਕਾਸ਼ ਕਰੋ ਮਾਨ ਭਾਵੀ। ਤੁਹਾਨੂੰ ਕੋਈ ਨੀ ਕਹਿੰਦਾ, ਤੁਹਾਡੇ ਵਿਹਾਰ ਚ ਵਿਘਨ ਨੀ ਕੋਈ ਪਾਊ, ਆਪਣੀ ਮੌਜ ਵਿਚ ਬੈਠੋ ਤੁਸੀਂ। ਆਖ ਤੇ ਨਾ ਹੋਵੋ ਦੂਰ ਰਹੀਏ ਤੂੰ ਸਤਿਗੁਰ ਸੁਤ। ਇਹ ਪੁੱਤਰ ਪਰ ਮੇਰੀਆਂ ਅੱਖਾਂ ਤੋਂ ਦੂਰ ਨਾ ਹੋ, ਦੂਰ ਨਾ ਜਾਈ। ਫਿਕਰ ਕੋ ਜੇਕਰ ਨਾ ਤੁਮ ਤੱਕ ਆਵਈ। ਜੇ ਕੋਈ ਘਰ ਦੀ ਕਬੀਲਦਾਰੀ ਦਾ ਕੋਈ ਫਿਕਰ ਹੈ, ਤੇਰੇ ਕੋਲ ਜ਼ਿਕਰ ਹੀ ਨਹੀਂ ਕਰਾਂਗੇ ਅਸੀਂ, ਅਸੀਂ ਆਪੇ ਜ਼ਿੰਮੇਵਾਰ ਹਾਂ। ਕੋਸ਼ਿਸ਼ ਕੋ ਪਾਵੋ ਔਰ ਇਸ਼ਾ ਤੂੰ ਖਾਵੋ। ਪਰ ਆ ਭਗਵੇਂ ਵਸਤਰ ਵੀ ਤਿਆਗ ਦੇ, ਸੋਹਣੇ ਵਸਤਰ ਪਾ ਲੈ ਜੋ ਆਪਣੇ ਸੀਕਾਂ ਚ ਤੂੰ ਬੈਠਾ ਪਵੇ,
ਸੇ ਜੋ ਇੱਛਾ ਤੂੰ ਸ਼ੱਕ ਮੈਂ ਵੋ ਬਣਾਵਾਂਗੀ ਭੋਜਨ। ਵੈਸੇ ਹਰ ਗੁਣ ਗਾਵੋ ਤੁਮੇ ਕਹੂ ਨਾ ਹਟਾਵੇ, ਕੋਈ ਤੁਹਾਨੂੰ ਹਟਾਉਂਦਾ ਨੀ ਪਿਆਰੇ ਪੁੱਤਰ ਹਰੀ ਦੇ ਗੁਣ ਗਾ ਘਰ ਬੈਠ ਕੇ। ਕਾਲੂ ਤੇ ਗਾਇਓ ਬੈਠ ਬਚਨ ਲਾਇਓ, ਜਦ ਨੂੰ ਬਾਬਾ ਕਾਲੂ ਜੀ ਵੀ ਬਾਹਰੋਂ ਆ ਗਏ, ਪਤਾ ਲੱਗ ਗਿਆ ਪੁੱਤਰ ਆ ਗਿਆ ਘਰ, ਸ਼ਾਇਦ ਘਰੇ ਦੇ ਪੂਗਾ ਹੁਣ ਕੋਲੇ ਬੈਠ ਗਿਆ। ਮੋਦੀ ਕਰੇ ਤਕੋ ਹਟਾਇਓ ਪਲੀ ਬਾਤ ਨਾ ਵਿਚਾਰੀਆ, ਬਸ ਖਾਲਸਾ ਜੀ ਮਾਇਆ ਤੋਂ ਬਿਰਤੀ ਉਥਾਨ ਕਰਨੀ ਤਾਂ ਬਹੁਤ ਔਖੀ ਹੈ, ਚਾਹੇ ਕੁਝ ਵੀ ਕਹੀਏ। ਆਉਂਦਾ ਹੀ ਕਹਿੰਦਾ ਦੇਖਿਆ ਬੈਠਦਿਆਂ ਆ ਕੇ ਘਰ, ਮੋਦੀ ਕਿਰਤ ਕੀ ਸੋਹਣੀ ਸੀ ਮੋਦੀ ਖਾਨਾ, ਉਹ ਹਟਾ ਦਿੱਤਾ ਤਾਂ ਚੰਗੀ ਵਿਚਾਰ ਨੀ ਕੀਤੀ। ਰੋਜ਼ ਖਰਚਦਾ ਸੀ ਖਾਂਦਾ ਸੀ, ਕਿੰਨਾ ਧਨ ਆਉਂਦਾ ਸੀ ਮੋਦੇ ਖਾਨੇ ਚੋਂ, ਫੇਰ ਕੋਈ ਇਕੱਠਾ ਨੀ ਕੀਤਾ, ਇੰਨੀ ਆਮਦਨ ਹੁੰਦਿਆਂ ਸਾਰਾ ਵਿਅਰਥ ਹੀ ਖੁਆਰ ਕਰਤਾ ਧਨ। ਆਪਣੇ ਕੀ ਸੋਚ ਸਭ ਦਿਨੀ ਹੈ ਲਟਾਏ ਤੁਮ, ਤੈਂ ਦੁਕਾਨ ਦੀਆਂ ਸਾਰੀਆਂ ਵਸਤੂਆਂ ਲਟਾ ਦਿੱਤੀਆਂ। ਸੁਣਿਓ ਹਮ ਕਾਨ ਧਨ ਸ਼ੇਖ ਬਹੁਤ ਹਾਰੀਆ, ਇਹ ਪੁੱਤਰ ਮੈਂ ਸੁਣਿਆ ਤੇਰਾ ਜਦੋਂ ਹਿਸਾਬ ਕੀਤਾ ਦੌਲਤ ਖਾਨ ਨੇ, ਬਕਾਇਆ ਬਹੁਤ ਨਿਕਲਿਆ ਵਾਧਾ, ਉਹ ਵੀ ਤੂੰ ਗਰੀਬਾਂ ਨੂੰ ਵੰਡਿਆ ਆ ਉੱਥੇ। ਸੋਭੀ ਨਹਿ ਲਾਇਓ ਸਭ ਰੰਗਨ ਕੋ ਦਇਓ ਕਹਿ, ਕਹਿ ਕੇ ਦੌਲਤ ਖਾਨ ਨੂੰ ਗਰੀਬਾਂ ਨੂੰ ਦਵਾ ਦਿੱਤਾ, ਉਹ ਵੀ ਨੀ ਲਿਆ। ਸਾਧ ਦੇਖ ਭਇਓ ਕਿੰਨ ਕੁਜਾ ਤੁਮਾਰੀਆ, ਮੇਰੀ ਨਿੰਦਿਆ ਥਾਂ ਥਾਂ ਹੁੰਦੀ ਆ, ਸਾਧ ਬਣ ਗਿਆ ਤੂੰ ਬੈਠ ਗਿਆ ਘਰ ਆ ਕੇ। ਜਬ ਕੋ ਜਨਮ ਭਇਓ ਤਬ ਕੋ ਨਾ ਸੁਖ ਦਇਓ, ਖਾਲਸਾ ਜੀ ਆਖੋ ਵਾਹਿਗੁਰੂ, ਐਸੀ ਮਾਇਆ ਪਰਬਲ ਹੈ ਖਾਲਸਾ ਜੀ। ਬਾਬਾ ਕਾਲੂ ਜੀ ਕਹਿੰਦਾ ਜਿੱਦਣ ਦਾ ਤੂੰ ਜੰਮਿਆ ਮੈਨੂੰ ਨੀ ਸੁਖ ਦਿੱਤਾ, ਇਹ ਬਚਨ ਗੁਰੂ ਨਾਨਕ ਦੇਵ ਜੀ ਨੂੰ ਕਹੇ। ਹੋਰ ਸਮਝਾਇਓ ਇੱਕ ਬਾਤ ਨਹੀਂ ਮਾਨੀਆ, ਤੈਨੂੰ ਮੈਂ ਸਮਝਾ ਕੇ ਥੱਕ ਗਿਆ, ਤੂੰ ਤਾਂ ਮੇਰੀ ਇੱਕ ਬਾਤ ਨੀ ਮੰਨੀ। ਭਾਗੇ ਸ਼ਰੀਕ ਸੁਤ ਕਾਲੂ ਕੋ ਫਕੀਰ ਪਾਇਓ, ਕੀ ਕਹਿਣਗੇ ਮੇਰੇ ਸ਼ਰੀਕ ਕੇ ਕਾਲੂ ਦਾ ਪੁੱਤ ਫਕੀਰ ਬਣ ਗਿਆ, ਮੇਰੀ ਕੋਈ ਜ਼ਿੰਦਗੀ ਆ ਕਹਿੰਦਾ। ਜਾਤ ਕੀ ਨਾ ਗੋਤ ਲਾਜ ਰਹਿਦੇ ਇੱਕ ਜਾਨੀਆ, ਤਾਂ ਖੱਤਰੀ ਵੰਸ਼ ਦੀ ਆਪਣੇ ਬੇਦੀ ਗੋਤ ਦੀ ਕੋਈ ਪਰਵਾਹ ਨੀ ਕੀਤੀ, ਤੈਨੂੰ ਸ਼ਰਮ ਨੀ, ਤੈਨੂੰ ਲਾਜ ਨੀ ਆਉਂਦੀ। ਤਜੋ ਤਨ ਵੇਖ ਪਤ ਹਤੋ ਨਾ ਵਿਸ਼ੇਖ ਮੇਰੀ, ਚੰਗਾ ਫੇਰ ਮੇਰੀ ਬੇਨਤੀ ਆ, ਮੇਰੀ ਇੱਜ਼ਤ ਨਾ ਗੁਆ, ਕਹਿੰਦੇ ਆ ਲਾ ਦੇ ਪਸਾਦਾਂ ਵਾਲੇ ਵਸਤਰ। ਸਤ ਸੰਗਤ ਜੀ, ਜੈਸਾ ਲਿਬਾਸ ਸਤਿਗੁਰਾਂ ਦਾ ਪਹਿਨਿਆ ਹੋਇਆ, ਕਥਾ ਚਾਹੁੰਦਾ ਜੇ ਉਹੋ ਜੇ ਰੂਪ ਦਾ ਧਿਆਨ ਧਾਰ ਲਈਏ ਜੰਮਣ ਮਰਨ ਮਿਟ ਜਾਂਦਾ ਹੈ, ਐਸੇ ਸਤਿਗੁਰੂ ਜੀ ਦਾ ਜੇ ਧਿਆਨ ਧਾਰ ਲਈਏ। ਲੇਕਿਨ ਉਹ ਲਿਬਾਸ ਬਾਬਾ ਕਾਲੂ ਜੀ ਨੂੰ ਚੰਗਾ ਨਹੀਂ ਲੱਗ ਰਿਹਾ, ਕਹਿਣ ਲੱਗਾ ਮੇਰੀ ਇੱਜ਼ਤ ਨਾ ਗੁਆ, ਬੇਦੀ ਵੰਸ਼ ਦੇ ਅੰਦਰ ਲੋਕ ਮੈਨੂੰ ਹਾਸੀ ਕਰਦੇ ਨੇ ਕਿ ਇਹਦਾ ਪੁੱਤਰ ਨਲਾਇਕ ਹੈ, ਇਹਨੂੰ ਕੁਝ ਆਉਂਦਾ ਨੀ, ਸਾਧਾਂ ਚ ਨਾਲ ਆਜ਼ਾਰ ਰਲਿਆ, ਹੁਣ ਵੀ ਆ ਜਿਹੜਾ ਲਿਬਾਸ ਆ ਲਾ ਦੇ। ਮੈਨੂੰ ਤੂੰ ਸੁਖ ਦਾ ਕੀ ਦੇਣਾ ਸੀ, ਤੂੰ ਦੁੱਖ ਦਾ ਦਾਨ ਦਿੰਦਾ ਹੈ। ਰਹੋ ਨਿਜ ਧਾਮ ਨਹਿ ਕਹੇ ਕਰੋ ਕਾਜ ਕਸ਼, ਉਹ ਵੀ ਆਉਂਦਾ ਨਾ, ਕਹਿੰਦਾ ਚੰਗਾ ਹੁਣ ਜਾਈ ਨਾ, ਘਰੇ ਹੀ ਰਹਿ, ਭਾਵੇਂ ਡੱਕਾ ਨਾ ਤੋੜੀ ਕੰਮ ਨਾ ਕਰੀ। ਕੌਣ ਭੀਰ ਭਰੀ ਤੇ ਫਕੀਰੀ ਰੀਤ ਖਾਨੀਆ, ਇਹ ਦੁਨੀਆਂ ਦੇ ਦਿਮਾਗ ਚ ਐ ਸਿੱਟ ਹੈ ਵੀ ਜੇ ਸਾਧ ਬਣੀਦਾ ਨਾ ਬਿਪਤਾ ਦੇ ਮਾਰੇ ਬਣੀਦਾ, ਨਾਰ ਮਰੇ ਘਰ ਸੰਪਤ ਨਾਸੀ, ਮੁੰਡ ਮੁੰਡਾ ਇਹ ਭਏ ਸੁਨਿਆਸੀ, ਵੀ ਘਰ ਵਾਲੀ ਮਰ ਜੇ ਚਲੋ, ਜਾਂ ਗਰੀਬੀ ਘਾਟਾ ਪੈ ਗਿਆ ਚਲੋ, ਸਾਧਾਂ ਨਾਲ ਰਲ ਜਾਓ। ਜਿਹੜੇ ਇਸ ਤਰ੍ਹਾਂ ਰਲਦੇ ਨੇ ਨਾ ਸਤ ਸੰਗਤ ਜੀ, ਉਹ ਸਾਧ ਵੀ ਨੀ ਬਣਦੇ, ਫਿਰ ਉਹ ਭੇਖੀ ਹਨ, ਉਹ ਲੋਕਾਂ ਨੂੰ ਲੁੱਟ ਲੁੱਟ ਖਾਂਦੇ ਆ, ਫਿਰ ਆਪਾਂ ਵੀ ਸਤਸੰਗ ਜੀ ਸਾਵਧਾਨ ਹੋ ਜਾਂਦੇ ਹਾਂ ਵੀ ਇਹ ਸਾਧ ਤਾਂ ਐਵੇਂ ਥੇਗਲੂ ਹੀ ਨੇ, ਇਹ ਤਾਂ ਐਵੇਂ ਲੋਕਾਂ ਨੂੰ ਲੁੱਟਣ ਤੇ ਲੱਗੇ ਹੋਏ, ਫਿਰ ਆਪਾਂ ਵੀ ਆਵਾਜ਼ਾਂ ਉਹੀਆਂ ਜਿਹੀਆਂ ਕੱਢਦੇ ਹਾਂ। ਲੇਕਿਨ ਸਾਰਿਆਂ ਦੀ ਸਤਸੰਗ ਦੀ ਧਾਰਾ ਇੱਕੋ ਜਿਹੀ ਨਹੀਂ ਹੁੰਦੀ, ਘਰਾਂ ਤੋਂ ਬਹੁਤ ਸਾਰੇ ਸਾਧ ਸਤਸੰਗ ਜੀ ਰਾਗ ਧਾਰ ਕੇ ਪ੍ਰਗਟ ਹੋ ਕੇ ਨਿਰਲੇਪ ਹੋ ਕੇ ਨਿਕਲਦੇ ਹੈ, ਜੇ ਕੋਈ ਡੁੱਡਾ ਹੋਇਆ ਕਾਣਾ ਹੋਇਆ
ਜਾਂ ਕੋਈ ਘਾਟਾ ਪੈ ਗਿਆ, ਕਈ ਪੱਖਾਂ ਤੋਂ ਸਖ਼ਤ ਨਹੀਂ ਹੁੰਦਾ ਹੈ। ਅਗਲਾ ਕਹਿੰਦਾ ਚਲੋ ਹੁਣ ਹੋਰ ਤਾਂ ਕੋਈ ਹੈ ਨਹੀਂ, ਗਿੱਦੜ ਡਿੱਗ ਪਿਆ ਟੋਏ, ਕਹਿੰਦਾ ਜਾਰਾਂ ਦਾ ਮੁਕਾਮ ਹੀ ਸਹੀ, ਚੱਲ ਇੱਧਰ ਨੂੰ ਹੀ ਸਹੀ, ਹੁਣ ਚੱਲਦੇ ਹਾਂ। ਉੱਥੋਂ ਫਿਰ ਜੇ ਧਨ ਬਹੁਤਾ ਆ ਜਾਵੇ ਫਿਰ ਘਰ ਨੂੰ ਲੈ ਜਾਣਾ ਘਸੀਟ ਕੇ, ਫਿਰ ਸੰਗਤ ਨੇ ਰੌਲਾ ਪਾ ਹੀ ਲੈਣਾ ਵੀ ਫਲਾਣਾ ਲੁੱਟ ਲੱਗਿਆ, ਫਲਾਣਾ ਨੂੰ ਬੋਲ ਕਰ ਲੈ ਗਿਆ ਲੁੱਟ ਕੇ। ਇਹਨੂੰ ਕਹਿੰਦੇ ਆ ਧਰਮ ਦੇ ਵਿੱਚ ਵਿਘਨ ਪੈ ਰਹੇ, ਭਜਨ ਸਿਮਰਨ ਦੇ ਵਿੱਚ ਵਿਘਨ ਪੈਣਾ ਕਲਯੁਗ ਦਾ ਸਮਾਂ। ਸੋ ਅੱਜ ਸਤ ਸੰਗ ਬਾਬਾ ਕਾਲੂ ਕਹਿ ਰਿਹਾ ਪੜੋ ਸੰਗਤ ਜੀ, ਕੌਣ ਭਰੀ ਭੀੜ ਤੇ ਫਕੀਰ ਰੀਤ ਠਾਨੀ ਆ, ਦੱਸ ਤੇਰੇ ਤੇ ਕੀ ਬਿਪਤਾ ਆਈ ਸੀ, ਕੱਲਾ ਹੀ ਤੂੰ ਸਪੁੱਤਰ ਹੈ, ਘਰ ਵਿੱਚ ਪਦਾਰਥ ਬੇਅੰਤ ਹਨ, ਰਾਏ ਬਲਾਰ ਜੈਸੇ ਤੁਹਾਡੇ ਪ੍ਰੇਮੀ ਹਨ, ਮੋਦੀ ਖਾਨਾ ਕੀਤਾ ਕੋਈ ਕਮੀ ਨਹੀਂ ਰਹੀ, ਧਨ ਨਾਨਕ ਧਨ ਨਾਨਕ ਹੋ ਰਹੀ ਹੈ, ਸਾਰੇ ਜਾਚਕ ਲੋਕ ਪ੍ਰਸੰਨ ਹਨ, ਫੇਰ ਵਿਵਹਾਰ ਕੀਤਾ ਵਿਆਹ ਦੇਸੀ ਬਣਿਆ, ਦੋ ਪੁੱਤਰ ਕੀ ਸੋਹਣੇ ਲਾਲ ਹਨ, ਸਾਰਿਆਂ ਪਾਸਾਂ ਤੋਂ ਤੈਨੂੰ ਕੋਈ ਕਮੀ ਨਹੀਂ ਸੀ, ਤੈਨੂੰ ਕੀ ਬਿਪਤਾ ਹੋਈ, ਤੂੰ ਇਹ ਸਾਧ ਬਣ ਗਿਆ, ਜਨਕ ਕੀ ਬਾਤੇ ਸੁਣ ਕੁਛ ਨਹੀਂ ਰਹੇ ਗੁਰ। ਪਰ ਸਤਿਗੁਰੂ ਜੀ ਫੇਰ ਵੀ ਪਿਤਾ ਹੈ ਨਾ, ਗੱਲਾਂ ਸੁਣੀ ਜਾਂਦੇ ਨੇ, ਨੀਵੀ ਪਾਈ ਬੈਠੇ ਨੇ, ਬੋਲੇ ਨੀ ਮਹਾਰਾਜ, ਵਾਕਨਾ ਬਖਾਨਿਆ ਸੋ ਕਲਿਆਣ ਕੋ ਜੋ ਦਾਨੀਆ, ਜੋ ਕਲਿਆਣ ਸਾਰੇ ਜੀਵਾਂ ਦੀ ਕਲਿਆਣ ਕਰਨ ਵਾਲੇ ਅਵਤਾਰ ਧਾਰਿਆ ਹੈ, ਅਵਤਾਰ ਰਖਤੀ ਅਵਤਾਰਾ, ਸਾਰੇ ਲੋਕਾਂ ਨੂੰ ਸੱਸ ਦੀ ਬਿਪਤਾ ਤੋਂ ਬਚਾਉਣ ਵਾਸਤੇ, ਸੰਕਟ ਤੋਂ ਬਚਾਉਣ ਵਾਸਤੇ ਅਵਤਾਰ ਧਾਰਿਆ ਹੈ। ਪਰ ਇਹ ਅਨੁਭਵ ਬਾਬੇ ਕਾਲੂ ਨੂੰ ਨਹੀਂ ਹੈ, ਉਹਨਾਂ ਨੂੰ ਪਤਾ ਕਿ ਸਾਰੇ ਸੰਸਾਰ ਦੀ ਜ਼ਿੰਮੇਵਾਰੀ ਅਕਾਲ ਪੁਰਖ ਨੇ ਸਾਡੇ ਸਿਰ ਦੇ ਉੱਤੇ ਰੱਖੀ ਹੈ, ਉਹ ਕਿਵੇਂ ਨਿਭੇਗੀ ਜੇ ਕਿਤੇ ਉੱਥੇ ਘਰ ਹੀ ਬੈਠੇ ਰਹਿੰਦੇ ਬਾਬੇ ਕਾਲੂ ਜੀ ਕੋਲੇ। ਤਾਂ ਕਹਿੰਦੇ ਤੂੰ ਚੰਗੀ ਨੀ ਗੱਲ ਕੀਤੀ, ਕਮਲ ਬਦਨ ਤੇ ਨਿਕਾਸੀ ਨਾ ਅਲਨ ਗਿਰਾ, ਸਤਿਗੁਰੂ ਜੀ ਨੇ ਸਤ ਸੰਗਤ ਜੀ ਮੂੰਹੋਂ ਬੋਲੀ ਇੱਕ ਵੀ ਬੋਲ ਨੀ ਬੋਲਿਆ, ਚੁੱਪ ਕੀਤੇ ਸੁਣਦੇ ਰਹੇ ਬਾਬਾ ਕਾਲੂ ਜੀ ਦੇ ਬਚਨ। ਜਿਵੇਂ ਸਤ ਸੰਗਤ ਜੀ ਕਮਲ ਘੁੱਟਿਆ ਜਾਵੇ ਨਾ, ਉਹਦੇ ਵਿੱਚ ਮਿਚਣ ਵੇਲੇ ਭੌਰੇ ਭੌਰੀਆਂ ਵਿੱਚੇ ਫਸ ਜਾਂਦੇ ਨੇ, ਕਿਉਂ ਮਸਤ ਹੋਏ ਹੁੰਦੇ ਨੇ, ਉਹ ਸੁਗੰਧੀ ਵਿੱਚ ਉੱਠਣ ਦਾ ਯਾਦ ਭੁੱਲ ਜਾਂਦੀ ਹੈ, ਸੂਰਜ ਆਉਂਦਾ ਸ਼ਿਪ ਤੇ ਕਮਲ ਵੀ ਮਿਟ ਜਾਂਦਾ। ਜਿਵੇਂ ਸਤ ਸੰਗਤ ਜੀ ਕਮਲ ਦੇ ਵਿੱਚ ਨਾ ਭੌਰੀ ਫਸੀ ਹੁੰਦੀ ਹੈ, ਐ ਮਹਾਰਾਜ ਦੀ ਬਾਣੀ ਸਤਿਗੁਰਾਂ ਦੇ ਮੁੱਖ ਵਿੱਚ ਟਿਕੀ ਰਹੀ, ਸਾਤ ਕੀ ਜਠਾਈ ਨਿਸ ਸ਼ਾਮ ਹੀ ਪਰਮਾਨੀਆ, ਕੀ ਸਮਝਿਆ ਕਿ ਪਿਤਾ ਦਾ ਜਿਹੜਾ ਵੱਡਾ ਪੁਣਾ ਸੀ ਸਤਿਕਾਰ, ਉਹ ਰਾਤ ਸਮਝਿਆ, ਰਾਤ ਨੂੰ ਫੁੱਲ ਨੀ ਕਦੇ ਖਿੜਿਆ ਕਰਦਾ, ਤੇ ਸਤਿਗੁਰੂ ਜੀ ਨੇ ਵੀ ਮੂੰਹ ਨੀ ਖੋਲਿਆ ਹੈ, ਮਾਨਸ ਮੈਂ ਹੰਸ ਨੀ ਸੀ ਤਾਂ ਹੀ ਬਿਰਾਜ ਰਹੀ, ਕਿਵੇਂ ਬਾਣੀ ਮਹਾਰਾਜ ਦੀ ਹਿਰਦੇ ਚ ਬਿਰਾਜ ਰਹੀ ਹੈ, ਜਿਵੇਂ ਮਾਨ ਸਰੋਵਰ ਤੇ ਹੰਸ ਨੀ ਹੁੰਦੀ ਹੈ, ਆਪਦੇ ਅੰਤਸ਼ਕਰਨ ਵਿੱਚ ਇਹ ਉੱਤਮ ਬਾਣੀ ਸੀ, ਉੱਥੇ ਟਿਕੀ ਰਹੀ, ਬੋਲੇ ਨਹੀਂ ਬਾਹਰ ਨੀ ਕੱਢੀ, ਬੁੱਧੀ ਜੋ ਵਿਗਿਆਨ ਕੇ ਆਨੰਦ ਮੈਂ ਸਮਾਨੀ ਆ, ਬਾਣੀ ਕੈਸੀ ਹੈ ਆਪ ਪ੍ਰਤੱਖ ਦੇਖਦੇ ਹੋ, ਬਾਣੀ ਪੜ੍ਹਦੇ ਸੁਣਦੇ ਹੋ, ਜਿਹੜੀ ਸਤ ਸੰਗਤ ਜੀ ਬ੍ਰਹਮ ਗਿਆਨ ਦੇ ਵਿੱਚ ਮਿਲੀ ਹੋਈ ਬਾਣੀ ਹੈ, ਗੁਰਬਾਣੀ ਦੇ ਅੰਦਰ ਅੰਮ੍ਰਿਤ ਰਹੀ ਮਈ ਘੁੱਟਾਂ ਹਨ ਅੰਮ੍ਰਿਤ ਦੀਆਂ, ਔਰ ਬ੍ਰਹਮ ਗਿਆਨ ਦਾ ਸਰੂਪ ਸਾਰਾ ਦਰਸਾਇਆ ਹੋਇਆ ਹੈ, ਹਿਤ ਸੋ ਬੁਲਾਏ ਮਾਤਾ ਭੋਜਨ ਆਚਾਇਓ, ਜਦ ਨੂੰ ਸਤ ਸੰਗ ਜੀ ਹਿਤ ਦੇ ਨਾਲ ਰਸੋਈ ਤਿਆਰ ਹੋਈ, ਮਾਤਾ ਤ੍ਰਿਪਤਾ ਨੇ ਬੁਲਾਇਆ, ਆ ਪੁੱਤਰ ਤੈਨੂੰ ਭੋਜਨ ਛਕਾਵਾਂ, ਹੁਣ ਪਾਨ ਪੈ ਕਰਾਇਓ ਪਰ ਅੰਕ ਪੌੜੇ ਆਨੀਆ,
ਮਾਤਾ ਜੀ ਨੇ ਭੋਜਨ ਛਕਾਇਆ, ਉਸ ਤੋਂ ਬਾਅਦ ਦੁੱਧ ਪਿਆਇਆ, ਆਪ ਜੀ ਪਲੰਘ ਤੇ ਬਰਾਜ ਗਏ। ਹੋਰ ਪਈ ਅਰਵਿੰਦ ਖਰੇ, ਜਦੋਂ ਸਵੇਰ ਹੋਈ ਕਬਲ ਖੇੜੇ ਸੂਰਜ ਚੜਿਆ, ਉਦਿਆ ਤੇ ਚੱਕ ਵਿਆਹ ਰਖਾਏ। ਸੂਰਜ ਚੜਨ ਤੋਂ ਜਿਵੇਂ ਚੱਕਵਾ ਚੱਕ ਵੀ ਖੁਸ਼ ਹੁੰਦੇ ਹਨ, ਜਿਉਂ ਗੁਰ ਕੀ ਕਰਨਾ ਦੇਖੇ ਔਰ ਜਿਉਂ ਸਤਿਸੰਗ ਜੀ ਸਤਿਗੁਰੂ ਜੀ ਸੂਰਜ ਰੂਪ ਨੇ ਸਤਿਗੁਰਾਂ ਦੇ ਦਰਸ਼ਨ ਕਰਕੇ ਕਬਲਾਂ ਵਾਂਗੂ ਗੁਰਸਿੱਖਾਂ ਦੇ ਹਿਰਦੇ ਖਿੜੇ। ਮੇਲ ਸੁਖੰ ਸਮਤੀ ਮਨ ਪਾਏ, ਜਿਹੜੇ ਸ੍ਰੇਸ਼ਟ ਮਤ ਵਾਲੇ ਸੀ ਉਹਨਾਂ ਨੇ ਸਤਿਗੁਰਾਂ ਦਾ ਮਲਾਪ ਸੁਖ ਵਾਲਾ ਸਮਝਿਆ। ਤਾਰੇ ਛਪੇ ਜਿਉਂ ਦੇ ਕਾਰਨ ਸੇ, ਜਦੋਂ ਸੂਰਜ ਚੜ੍ਹਦਾ ਤਾਰੇ ਛਿਪ ਜਾਂਦੇ ਨੇ, ਭਾਵ ਦਿਸਣੋਂ ਹਟ ਜਾਂਦੇ ਨੇ ਸਤਿਗੁਰਾਂ ਦੇ ਦਰਸ਼ਨ ਕਰਕੇ। ਸਤਿਸੰਗ ਜੀ ਜਿੰਨੇ ਵਿਸ਼ੇ ਵਿਕਾਰ ਨੇ ਨਾ ਪਾਪ ਦੇ ਤਾਰਿਆਂ ਵਾਂਗੂ ਟਹਿਕਦੇ ਨੇ, ਇਹ ਵੀ ਹਨੇਰੀ ਰਾਤ ਅਗਿਆਨ ਦੀ ਵਿਦਿਆ ਦੀ ਹਨੇਰੀ ਰਾਤ ਦੀ ਟਹਿਕਦੇ ਨੇ। ਜਿੱਥੇ ਪ੍ਰਕਾਸ਼ ਹੈ ਗਿਆਨ ਦਾ ਉੱਥੇ ਪਾਪਾਂ ਰੂਪੀ ਤਾਰੇ ਵੀ ਛਿਪ ਜਾਂਦੇ ਹਨ। ਗਿਆਨ ਮੋਹ ਤਮੰਗ ਨਹਿ ਦਿਸਨ ਪਾਏ, ਗਿਆਨ ਮੋਹ ਤਮੰਗ ਨਾ ਦਿਸਨ ਪਾਏ। ਹੋਰ ਰੂਪੀ ਹਨੇਰਾ ਵੀ ਚੱਕਿਆ ਜਾਂਦਾ ਜਿੱਥੇ ਸੂਰਜ ਚੜ ਜਾਵੇ। ਇਨ ਇਸ਼ਨਾਨ ਗਯੋ ਧਿਆਨ, ਆਪ ਜੀ ਸਤਸੰਗ ਜੀ ਉੱਠੇ ਇਸ਼ਨਾਨ ਕੀਤਾ ਜਾ ਕੇ, ਕੰਤ ਸਥਾਨ ਮੈਂ ਬੈਠ ਸੁਆਏ, ਇਕਾਂਤ ਥਾਂ ਤੇ ਜਾ ਕੇ ਬੈਠ ਗਏ। ਰਜਨੀ ਰਹੇ ਨਿਕੇਤ ਮੈਂ, ਰਾਤ ਸਤਸੰਗ ਜੀ ਘਰ ਰਹਿੰਦੇ ਆਪ ਜੀ, ਬਾਤਰ ਮੈਂ ਧਿਆਨ, ਦਿਨੇ ਆਪ ਜੀ ਇਕਾਂਤ ਚਲੇ ਜਾਂਦੇ, ਸਿਮਰਨ ਭਜਨ ਕਰਦੇ, ਨਾਲੇ ਸੋਚਦੇ ਕਿ ਕਿਵੇਂ ਮੋਹ ਦੇ ਸੰਗਲ ਵਿੱਚੋਂ ਮਾਤਾ ਪਿਤਾ ਨੂੰ ਸੰਤੁਸ਼ਟ ਕਰਕੇ ਨਿਕਲੀਏ ਤੇ ਅੱਜ ਜੀਵਾਂ ਦਾ ਕਲਯੁਗ ਦੇ ਜੀਵਾਂ ਦੀ ਕਰਿਆਣ ਕਰੀਏ। ਸਤਿਗੁਰੂ ਗੁਰੂ ਸਾਹਿਬ ਨੇ ਸਤਸੰਗ ਜੀ ਕਲਯੁਗ ਉਧਾਰਿਆ, ਗੁਰਦੇਵ ਬਲਬੂਤ ਮੂੜ ਜੇ ਮੁਗਧ ਹੋਤੇ ਸਭ ਲੱਗੇ ਤੇਰੀ ਸੇਵ, ਸਭ ਦੀ ਕਰਿਆਣ ਕਰਨ ਦੀ ਤਜਵੀਜ਼ ਸੋਚਦੇ ਹੈ। ਦਿਵਸ ਬਤਾਏ ਤੈ ਕਸ਼ੂ, ਦਿਨ ਕਿਤਨੇ ਕੁ ਬਤੀਤ ਕੀਤੇ ਨਨਕਾਣੇ ਸਾਹਿਬ, ਸ੍ਰੀ ਨਾਨਕ ਗੁਣ ਖਾਨ, ਗੁਣਾਂ ਦੀ ਖਾਣ ਸਤਿਗੁਰੂ ਜੀ ਨੇ, ਕਦੇ ਬੁਲਾਵੇ ਰਾਏ ਬੁਲਾਰੂ, ਕਦੇ ਰਾਏ ਬੁਲਾਰ ਬੁਲਾ ਲੈਂਦਾ ਹੈ, ਦਰਸ਼ਨ ਬਦਨ ਬਲੋਕਤ ਚਾਰੂ, ਬਹੁਤ ਹੀ ਸੁੰਦਰ ਸਤਿਗੁਰ ਸੱਚੇ ਪਾਤਸ਼ਾਹ ਦੇ ਚਿਹਰੇ ਨੂੰ ਦੇਖਦਾ ਹੈ, ਭੋਜਨ ਦੇ ਰੁਚਰ ਕਰਾਵੇ। ਕਈ ਵਾਰੀ ਮਹਾਰਾਜ ਨੂੰ ਭੋਜਨ ਛਕਾਉਣਾ ਚਾਹੁੰਦਾ ਤੇ ਬ੍ਰਾਹਮਣ ਨੂੰ ਬੁਲਾ ਕੇ ਭੋਜਨ ਛਕਦਾ, ਮਹਾਰਾਜ ਤੁਰਕ ਦੇ ਹੱਥ ਦਾ ਛਕਦੇ ਨਹੀਂ ਹਨ। ਇਸੇ ਕਰਕੇ ਖਾਲਸਾ ਜੀ ਜਹਾਂ ਕਹਾਂ ਕਾ ਖਾਏ ਪ੍ਰਸਾਦ, ਮੇਰਾ ਸਖ ਨਾ ਅੱਧ ਜੁਗਾਨ। ਸੜ ਪੱਖੀ ਹੈ ਜਿਹੜਾ ਉੱਥੇ ਵੀ ਛਕ ਲਿਆ ਉੱਥੇ ਵੀ ਛਕ ਲਿਆ, ਮਹਾਰਾਜ ਕਹਿੰਦੇ ਸਾਡਾ ਉਹ ਸਿੱਖ ਨਹੀਂ ਹੈ। ਜਾ ਕੀ ਰਹਿਤ ਨਾ ਜਾਣੀ ਹੈ ਗੁਰਮੰਤਰ ਨੇ ਚੀਜ਼, ਤਾਂ ਕਾ ਭੋਜਨ ਖਾ ਕੇ ਵਿਸਰੇ ਹਰ ਤੋਂ ਫਰੀ। ਜਿਹਦੇ ਘਰ ਦੀ ਰਹਿਤ ਬਹਿਤ ਨਹੀਂ ਹੈ, ਸੁੱਚਮ ਨਹੀਂ ਹੈ, ਉਹਦੇ ਘਰ ਦਾ ਖਾਧਾ ਸਤਸੰਗ ਜੀ ਦੁੱਖ ਰੂਪ ਹੋਵੇ। ਸੋ ਪ੍ਰੇਮੀਓ, ਜਿੱਥੇ ਹੱਕ ਦੀ ਕਮਾਈ ਫਲੀਭੂਤ ਹੈ ਉੱਥੇ ਸਤਸੰਗ ਜੀ ਘਰ ਦੇ ਜਿਹੜੇ ਆਚਾਰ ਹਨ ਸ੍ਰੇਸ਼ਟ ਆਚਾਰ ਹੋਣ, ਉਹ ਵੀ ਸਤਸੰਗ ਜੀ ਸਹਾਇਕ ਹਨ। ਸੋ ਆਪ ਜੀ ਭੋਜਨ ਪਵਿੱਤਰਤਾ ਦੇ ਸਹਿਤ ਛਕਦੇ ਨੇ। ਰਾਏ ਬੁਲਾਰ ਕਿੰਨਾ ਪ੍ਰੇਮੀ ਹੈ ਲੇਕਿਨ ਨਹੀਂ, ਬ੍ਰਾਹਮਣ ਆ ਕੇ ਸਤਸੰਗ ਜੀ ਰਸੋਈ ਬਣਾਉਂਦਾ ਹੈ, ਸੁੱਚਮ ਦੇ ਸਹਿਤ ਆਪ ਜੀ ਛਕਦੇ ਹੈ। ਬਾਰ ਬਾਰ ਬੇਨਤੀਆਂ ਕਰਕੇ ਰਾਏ ਬੁਲਾਰ ਛਕਾਉਂਦਾ ਮਹਾਰਾਜ ਨੂੰ ਭੋਜਨ, ਪ੍ਰੇਮ ਬਲੋਕ ਰਾਏ ਕੋ ਪੂਰਾ, ਪੂਰਨ ਪ੍ਰੇਮ ਦੇ ਕੇ ਰਾਏ ਬੁਲਾਰ ਦਾ, ਮੈਂ ਸ਼ਰਧਾ ਤੇ ਜਹ ਔਰ ਪੂਰਾ, ਜਿਹਦਾ ਹਿਰਦਾ ਸ਼ਰਧਾ ਤੋਂ ਖਾਲੀ ਨਹੀਂ, ਸ੍ਰੀ ਗੁਰ ਬਚਨ ਕੋ ਹੋ ਰਹੇ ਨਾਹੀ, ਸਤਿਗੁਰੂ ਜੀ ਉਹਦਾ ਬਚਨ ਨੀ ਮੋੜਦੇ ਰਾਏ ਬੁਲਾਰ ਦਾ, ਜਦੇ ਬੁਲਾਏ ਨਿਕਟ ਤਬ ਜਾਹੀ, ਜਦੋਂ ਬੁਲਾਉਂਦਾ ਦਰਸ਼ਨਾਂ ਲਈ ਸਤਿਗੁਰੂ ਜੀ ਜਾਂਦੇ ਨੇ, ਸੇਵਨ ਹੇਤ ਗਿਆਨ ਉਪਦੇਸ਼ਾ, ਗਿਆਨ ਦਾ ਉਪਦੇਸ਼ ਲੈਣ ਵਾਸਤੇ, ਔਰ ਅਭਲਾਖਾ ਦਿਕ ਨਰੇਸ਼ਾ, ਇਸ ਨੂੰ ਬਹੁਤ ਤੀਬਰ ਇੱਛਾ ਹੈ ਹਿਰਦੇ ਚ, ਭਾਂਤ ਕੀ ਕਰੇ ਸੁ ਸੇਵਾ, ਨਾਨਾ ਤਰ੍ਹਾਂ ਦੀ ਸੇਵਾ ਕਰਦਾ
ਹੈ। ਨਿਤ ਦਿਨ ਧਿਆਨ ਧਰੇ ਗੁਰਦੇਵਾ, ਰਾਤ ਦਿਨ ਸਤਿਗੁਰਾਂ ਦਾ ਧਿਆਨ ਧਾਰਦਾ ਸਤ ਸੰਗਤ ਜੀ। ਆਜੂ ਬਿਰਧ ਹੈ ਜੀਵਨ ਥੋੜਾ, ਜਿਹਦੀ ਜ਼ਿੰਦਗੀ ਥੋੜੀ ਹੈ, ਉਮਰ ਬਿਰਧ ਹੋ ਚੁੱਕੀ, ਕਹਿਤ ਕੇ ਸਫਲ ਜਨਮ ਹੋਵੇ ਮੋਰਾ, ਚਾਹੁੰਦਾ ਸਤ ਸੰਗਤੀ ਰਾਏ ਬਲਾ ਰਾਤ ਦਿਨ ਕੇ ਮੇਰਾ ਜਨਮ ਸਫਲਾ ਹੋ ਜਾਵੇ। ਜਾਮ ਮਨ ਮੈਂ ਲਿਵ ਲਾਗੀ, ਅੱਠੇ ਪਹਿਰੀ ਲਿਵ ਲੱਗੀ ਰਹਿੰਦੀ ਹੈ ਹਰ ਵੇਲੇ ਨਾਮ ਵਿੱਚ। ਸ੍ਰੀ ਗੁਰੂ ਚਰਨ ਕਮਲ ਅਨੁਰਾਗੀ, ਸਤਿਗੁਰਾਂ ਦੇ ਚਰਨਾਂ ਕਮਲਾਂ ਦਾ ਪ੍ਰੇਮੀ ਹੈ। ਇੱਕ ਬਾਤ ਨਰ ਪਾਠ ਅਗਨੀਪਾ, ਇੱਕ ਦਿਨ ਸਤ ਸੰਗਤ ਜੀ ਰਾਜੇ ਨੇ ਆਦਮੀ ਭੇਜ ਕੇ ਕਮਲ ਬਦਨ ਬੁਲਵਾਏ ਸਮੀਪਾ, ਕਬਰ ਸੀਖੇ ਚਿਹਰੇ ਵਾਲੇ ਸਤਿਗੁਰੂ ਜੀ ਕੋਲੇ ਸੱਦੇ, ਦਵੈ ਕਰ ਬੰਦੇ ਬਿਨੈ ਬਸਾਨੀ, ਦੋਨੋ ਹੱਥ ਜੋੜ ਕੇ ਬੇਨਤੀ ਕੀਤੀ, ਦੀਨ ਦਿਆਲ ਦਾਸਨ ਗਤ ਦਾਨੀ, ਹੇ ਦੀਨਾਂ ਤੇ ਦਿਆਲਤਾ ਕਰਨ ਵਾਲੇ, ਹੇ ਮੁਕਤੀ ਦੇਣ ਵਾਲੇ ਦਾਸਾਂ ਨੂੰ, ਮਮ ਸਰੂਪ ਕੋ ਦਿਓ ਬੁਝਾਈ, ਮੇਰਾ ਸਰੂਪ ਬੁਝਾ ਦਿਓ, ਮੈਂ ਕੌਣ ਹਾਂ, ਜੇ ਨਾ ਹੋਈ ਇਸੇ ਪਰੇ ਸਤ ਹੈ ਸੋਈ, ਜਿਹੜਾ ਮੇਰਾ ਸਰੂਪ ਹੈ ਮਹਾਰਾਜ ਮੈਨੂੰ ਸਮਝਾ ਦਿਓ ਕਿਹੜਾ ਹੈ। ਸੱਚੇ ਪਾਤਸ਼ਾਹ ਨੇ ਸਤ ਸੰਗਤ ਜੀ ਦੇਹ ਦੀ ਪ੍ਰਾਣਾ ਦੀ ਇੰਦਰੀਆਂ ਦੀ ਸਾਰਿਆਂ ਦੀ ਹੰਗਤਾ ਛਡਾ ਕੇ ਆਤਮ ਸਰੂਪ ਨੇਚੇ ਕਰਾ ਦਿੱਤਾ। ਆਤਮ ਸਰੂਪ ਨੇਚੇ ਜਿਸ ਵੇਲੇ ਕਰਾਇਆ, ਐਸੀ ਅੰਮ੍ਰਿਤ ਭਰੀ ਦੇਸੀ ਪਾਈ, ਅਮੈ ਦੇਸ਼ ਸੁਭ ਕਰੇ ਹਰੇ ਅਗ ਪਾਪ ਸਕਲ ਮਾਰ, ਪਾਪਾਂ ਦੀ ਜਿਹੜੀ ਮੈਲ ਸੀ ਉਹ ਸੇਵਤਾ ਦੀ ਸਾਰੀ ਚੱਕਤੀ ਅੰਮ੍ਰਿਤ ਭਰੀ ਦੇਸੀ ਪਾ ਕੇ ਇਹਨੂੰ ਆਪਣੇ ਸਵੰਗ ਸਰੂਪ ਦਾ ਬੋਧ ਕਰਾ ਦਿੱਤਾ। ਇਹ ਨਿਹਾਲ ਨਿਹਾਲ ਹੋਇਆ। ਕਰਦੇ ਕੰਧ ਕੱਢ ਹੈ ਵਹਿਰ ਸਨੇਹੀ, ਕਿਉਂ ਸਤ ਸੰਗਤ ਜੀ ਇਹ ਦੱਸ ਰਿਹਾ ਹੈ, ਜਦੋਂ ਬਲਾਰ ਨੇ ਸਤ ਸੰਗਤ ਜੀ ਗਿਆਨ ਦੇ ਵਿੱਚ ਭਰਪੂਰ ਬਚਨ ਗੁਰਬਾਣੀ ਰੂਪ ਸੁਣੇ, ਜਿਸ ਰੂਪ ਜਾਣਿਓ ਸੁਖੈਨਾ, ਸੁਖਾਲਾ ਹੀ ਆਪਣਾ ਸਵੰਗ ਸਰੂਪ ਜਾਣ ਲਿਆ, ਉਸ ਸਰੂਪ ਨੂੰ ਸਤ ਸੰਗਤ ਜੀ ਦੋ ਤਰ੍ਹਾਂ ਜਾਣੀਦਾ ਹੈ, ਆਪਣਾ ਵੀ ਵਾਹ ਪੈਣਾ ਜਗਿਆਸੂਆਂ ਦਾ ਆਪਾਂ ਵੀ ਸੋਚੀਏ, ਇੱਕ ਪਰੋਖ ਗਿਆਨ ਹੈ, ਇੱਕ ਅਪਰੋਕਸ਼ ਗਿਆਨ। ਪਰੋਖ ਗਿਆਨ ਆਪਾਂ ਨੂੰ ਗੁਰਬਾਣੀ ਦੁਆਰਾ ਸੰਗਤ ਵਿੱਚ ਹੋ ਗਏ, ਉਹ ਕਿਵੇਂ ਇੱਥੋਂ ਆਪਾਂ ਕਿਸੇ ਥਾਂ ਤੇ ਜਾਣਾ, ਜਾਂ ਤਾਂ ਨਕਸ਼ਾ ਦੇਖਾਂਗੇ, ਜਾਂ ਆਪਾਂ ਇੱਕ ਦੂਜੇ ਨੂੰ ਪੁੱਛਾਂਗੇ ਕਿਉਂ ਬਈ ਕਿਹੜੀ ਦਿਸ਼ਾ ਨੂੰ, ਦਿਸ਼ਾ ਪੁੱਛਾਂਗੇ ਰਾਹ ਦੇ ਸਾਰੇ ਜਿੱਥੇ ਜਿੱਥੇ ਮੋੜ ਨੇ ਸਭ ਕੁਛ ਪੁੱਛਾਂਗੇ, ਜਾਂ ਲਿਖਿਆ ਹੋਇਆ ਦੇਖਾਂਗੇ। ਪਰ ਉਹਦਾ ਗਿਆਨ ਤਾਂ ਹੋ ਗਿਆ ਨਾ ਰਾਹ ਦਾ, ਪਰ ਅੱਖੀ ਨਹੀਂ ਹਰੇ ਰਾਹ ਦੇਖਿਆ, ਇਹਨੂੰ ਕਹਿੰਦੇ ਅਪਰੋਖ ਗਿਆਨ। ਜਦੋਂ ਜਾਵਾਂਗੇ ਉਸ ਰਾਹ ਤੇ ਉਹਨੂੰ ਕਹਿੰਦੇ ਅਪਰੋਕਸ਼ ਗਿਆਨ, ਪ੍ਰਤੱਖ ਦਿਸਦੇ ਆ। ਪਰ ਉਹਦੇ ਵਿੱਚ ਵੀ ਫਰਕ ਹੈ, ਪੁੱਛ ਲਿਆ ਗੁਰਸਿੱਖ ਨੂੰ, ਬਹੁ ਮਲਨ ਨੀਂਦ ਤੇ ਛੁਟਕੀ ਕੌਣ ਅਨਗ੍ਰਹ ਭਇਓ ਨੀ, ਮਹਾ ਮੋਹਨੀ ਤੁਧ ਨਾ ਵਿਆਪੇ ਤੇਰਾ ਆਲਸ ਕਹਾਂ ਗਇਓ ਨੀ। ਜਗਿਆਸੂ ਬ੍ਰਹਮ ਗਿਆਨੀ ਗਿਆਨੀ ਨੂੰ ਪ੍ਰਸ਼ਨ ਕਰਦਾ ਹੈ, ਉਹਦੇ ਉੱਤਰ ਵਿੱਚ ਉਹ ਸਤ ਸੰਗਤ ਜੀ ਫਿਰ ਉਹ ਵਿਚਾਰ ਕੇ ਸਤ ਸਮਝੋ ਉਸ ਨੂੰ ਸੰਤੁਸ਼ਟ ਕਰਦੇ ਹਨ। ਜਦੋਂ ਇਹ ਪੁੱਛੀਦਾ ਮਾਰਗ ਨੂੰ ਆਪਾਂ ਕੀ ਦੱਸ ਸਕਦੇ ਹਾਂ, ਜਿਹੜੇ ਰਾਹ ਦੇ ਜਾਤੇ ਹਾਂ ਆਪਾਂ ਦੱਸ ਸਕਦੇ ਹਾਂ, ਭਰਾ ਰਾਹ ਤੇ ਜਾਵੇਂਗਾ, ਫਲਾਣੇ ਥਾਂ ਟੋਆ ਬਚੀ, ਫਲਾਣੇ ਥਾਂ ਮੋੜ ਹੈ, ਉੱਥੇ ਹੌਲੀ ਹੋ ਜੀ, ਇੰਨੇ ਮੀਲ ਵੀ ਹੈ, ਇਸ ਦਿਸ਼ਾ ਨੂੰ ਹੈ, ਪਰ ਇਉਂ ਨਹੀਂ ਦੱਸ ਸਕਦੇ ਬਈ ਬਚੀ
ਉੱਥੇ ਫਲਾਣੇ ਟਾਈਮ 'ਤੇ ਕੁੱਤਾ ਮੂਹਰੇ ਆ ਜਾਊਗਾ ਜਾਂ ਗਧਾ ਮੂਹਰੇ ਆ ਜਾਊਗਾ ਜਾਂ ਕੋਈ ਮੂਹਰੇ ਟਰੱਕ ਹੋਰ ਆ ਜਾਊਗਾ, ਇਹ ਤਾਂ ਨਹੀਂ ਦੱਸ ਸਕਦੇ। ਇਸੇ ਕਰਕੇ ਪਰੋਖ ਗਿਆਨ ਦੇ ਬਹੁਤ ਸਾਰੇ ਨਿਯਮ ਨੇ ਜਿਹੜੇ ਗੁਰਬਾਣੀ ਦੁਆਰਾ ਸਾਨੂੰ ਪਤਾ ਲੱਗ ਜਾਂਦਾ ਹੈ। ਜੇ ਕਿ ਮੈਂ ਸੰਗਤ ਤੋਂ ਕੀ ਰਹਿਣਾ, ਮੈਂ ਗੁਰਬਾਣੀ ਸਭ ਸਮਝ ਲੂੰਗਾ, ਮੈਂ ਪੜ੍ਹਿਆ ਲਿਖਿਆ, ਉਹ ਪੜ੍ਹੇ ਲਿਖੇ ਪੁਣੇ 'ਚ ਹੀ ਰਹਿ ਜਾਂਦਾ ਹੈ। ਜਿਵੇਂ ਪਟਵਾਰੀ ਸਾਰੇ ਟੱਬਰ ਨੂੰ ਡੁਬੋ ਲਿਆ ਸੀ ਸਤ ਸੰਗ ਦੀ ਨਦੀ ਵਿੱਚ, ਬਦਲੀ ਹੋ ਗਈ ਪਟਵਾਰੀ ਦੀ, ਕਹਿੰਦੇ ਬਈ ਕਿਵੇਂ ਹੈ, ਕਹਿੰਦੇ ਦਰਿਆ ਸੀ ਰਾਹ 'ਚ ਦੂਜੇ ਥੋਂ ਜਾਣਾ ਸੀ, ਕਹਿੰਦਾ ਮੈਂ ਪੜ੍ਹਿਆ ਲਿਖਿਆ, ਮੈਂ ਕਿਸੇ ਨੂੰ ਕੀ ਪੁੱਛਣਾ, ਕਿਨਾਰੇ 'ਤੇ ਗਿਆ, ਬੇੜੀ ਹੈ ਨਾ, ਮਲਾਹ ਕਿਤੇ ਚਲੇ ਗਏ, ਇੱਕ ਵੇੜਾ ਹੋ ਗਿਆ, ਕਹਿੰਦੇ ਲੰਘਣਾ, ਕਹਿੰਦੇ ਪਾਣੀ ਕਿੰਨਾ, ਵਾਕਫੀ ਦਰ, ਕਹਿੰਦੇ ਪੰਜ ਦਸ ਦਸ ਫੁੱਟ ਹੈ, ਕਹਿੰਦੇ ਮੇਰੇ ਚਾਰ ਪੰਜ ਬੱਚੇ ਨੇ, ਸੁਣਦਾ ਦੋ ਦੋ ਫੁੱਟ ਹੀ ਆਇਆ, ਉਹ ਹਿਸਾਬ ਵੱਡੇ ਹਿਸਾਬੀ ਨੇ, ਇਉਂ ਨਹੀਂ ਪਤਾ ਵੀ ਦੋ ਦੋ ਫੁੱਟ ਆਇਆ, ਵੀ ਸਾਰਿਆਂ ਵਾਸਤੇ ਦਸ ਦਸ ਫੁੱਟ ਹੈ, ਅੰਦਰ ਵੜ ਗਿਆ, ਸਾਰੇ ਰੁੜ ਗਏ, ਆ ਮਸਾਂ ਨਿਕਲਿਆ, ਕਹਿੰਦੇ ਕੀ ਹੋ ਗਿਆ, ਕਹਿੰਦੇ ਹਿਸਾਬ ਤਾਂ ਸਹੀ ਲਾਇਆ ਸੀ, ਡੁੱਬਰ ਸਾਰਾ ਹੀ ਡੁੱਬ ਗਿਆ, ਕਹਿੰਦਾ ਕਹਿੰਦਾ ਦੋ ਦੋ ਫੁੱਟ ਆਉਣਾ ਸੀ ਪਾਣੀ। ਇਹੋ ਜਿਹੜੇ ਹਿਸਾਬੀ ਕਿਤਾਬੀ ਨੇ ਨਾ, ਜਿਹੜੇ ਕਹਿੰਦੇ ਅਸੀਂ ਸੰਗਤ ਤੋਂ ਕੀ ਲੈਣਾ, ਸਾਨੂੰ ਬਾਣੀ ਬਹੁਤ ਪੜ੍ਹਨੀ ਆਉਂਦੀ ਹੈ, ਅਸੀਂ ਉਹਦੇ 'ਚ ਸਭ ਕੁਛ ਦੇਖ ਲਾਂਗੇ, ਨਾ ਸਾਧ ਸੰਗਤ। ਜਿਵੇਂ ਤੁਹਾਨੂੰ ਦ੍ਰਿਸ਼ਟਾਂਤ ਦਿੱਤਾ ਹੈ ਕਿ ਮਾਰਗ ਦੱਸ ਸਕਦੇ ਹੋ ਤੁਸੀਂ, ਪੜ੍ਹ ਕੇ ਵੀ ਦੇਖ ਸਕਦੇ ਹੋ, ਪਰ ਤੁਹਾਨੂੰ ਐ ਨਹੀਂ ਪਤਾ ਲੱਗਣਾ ਕਿ ਫਲਾਣੇ ਟਾਈਮ ਤੁਹਾਡੇ ਮੂਹਰੇ ਕੁੱਤਾ ਆ ਜੂ ਜਾਂ ਕੋਈ ਹੋਰ ਪਸ਼ੂ ਆ ਜੂ, ਇੱਕਦਮ ਤੁਹਾਨੂੰ ਰੁਕਣਾ ਪਊ, ਉੱਥੇ ਤੁਹਾਨੂੰ ਖਤਰਾ ਨਹੀਂ ਹੈ। ਇਸ ਕਰਕੇ ਖਾਲਸਾ ਜੀ ਮਹਾਰਾਜ ਜੀ ਪਰੋਹ ਗਿਆਨ ਵੀ ਰਾਏ ਬਲਾਰ ਨੂੰ ਦਿੱਤਾ ਹੈ, ਨਾਲ ਜਿਹੜੀ ਅੰਮ੍ਰਿਤ ਭਰੀ ਦ੍ਰਿਸ਼ਟੀ ਕਰ ਦਿੱਤੀ ਨਾ, ਜਿਹੜੀ ਦ੍ਰਿਸ਼ਟੀ ਨੂੰ ਦੁਨੀਆਂ ਤਰਸਦੀ ਹੈ, ਉਹਨੂੰ ਕਹਿੰਦੇ ਉਹਦਾ ਅਪਰੋਕਸ਼ ਗਿਆਨ ਹੁੰਦਾ। ਸੰਗਤਾਂ ਮਮਤਾ ਦੇ ਤਖ਼ਤੇ ਕਪਾਟ ਖੁੱਲ ਜਾਂਦੇ ਨੇ, ਜਿੱਥੇ ਸਤਿਸੰਗ ਜੀ ਕਬੀਰ ਸਾਹਿਬ ਜੀ ਨੇ ਕਿਹਾ ਅਬ ਤੋ ਜਾਏ ਚੜੇ ਸੰਘਾਸਨ ਮਿਲੇ ਹੈ ਸਾਰੰਗ ਪਾਨ, ਰਾਮ ਕਬੀਰਾ ਇੱਕ ਪਏ ਹੈ ਕੋਈ ਨਾ ਸਕਿਆ ਪਛਾਣ। ਅੱਜ ਅਸੀਂ ਇੱਕ ਮਿੱਕ ਹੋ ਗਏ, ਸਤਿਸੰਗ ਜੀ ਸਮਾਂ ਸੰਪੂਰਨ ਹੋਇਆ, ਭੁੱਲਾਂ ਚੁੱਕਾਂ ਮਾਫ ਕਰ ਲਈਆਂ, ਕੱਲ ਨੂੰ ਸਿੱਖੋ ਅੱਗੇ ਆਪਾਂ ਵਿਚਾਰਾਂਗੇ, ਇੱਥੇ ਹੀ ਵਿਸਰਾਮ ਦਿੰਦਾ ਹਾਂ। ਮਹਾਰਾਜ ਕਿਰਪਾ ਕਰਨ, ਆਪਣੀਆਂ ਘੜੀਆਂ ਭਾਈ ਲੇਖੇ ਲਾਉਣ, ਬੈਠੋ ਭਾਵੇਂ ਗੋਡੇ ਹਿਲਾ ਲਿਆ ਕਰੋ, ਪਰ ਜਿੰਨੀ ਸਤਿਸੰਗ ਜੀ ਇੱਥੇ ਬੈਠ ਕੇ ਹਾਜ਼ਰੀ ਭਰਨੀ ਆ, ਓਨਾ ਹੀ ਸਤਿਸੰਗ ਜੀ ਰਾਹ ਹੀ ਦਾਹ। ਕਿਉਂ, ਇਹ ਨਹੀਂ ਦੇਖਣਾ ਵੀ ਇਹ ਆਹ ਰਾਗੀ ਦਾ ਕੀਰਤਨ ਚੰਗਾ ਨਹੀਂ ਹੈ, ਆਹ ਗਿਆਨੀ ਦੀ ਕਥਾ ਨਹੀਂ ਚੰਗੀ, ਸਾਰਗ ਰਹੀ ਬਿਰਤੀ ਰੱਖਣੀ ਚਾਹੀਦੀ। ਫੁੱਲ ਨਹੀਂ ਦੇਖੀਦਾ ਹੁੰਦਾ ਛੋਟਾ ਕਿ ਵੱਡਾ ਕਿ ਕਾਲਾ ਕਿ ਪੀੜਾ, ਸੁਗੰਧੀ ਲੈਣੀ ਚਾਹੀਦੀ। ਇਸ ਕਰਕੇ ਸਿੱਖੋ, ਇਹ ਸੰਗਤ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਹੈ, ਜੋ ਕੁਛ ਇਹਦੇ ਵਿੱਚ ਹੈ ਕਿਤੇ ਦੁਨੀਆਂ ਦੇ ਉੱਤੇ ਨਹੀਂ। ਕਲਯੁਗ ਦੇ ਸਮੇਂ ਦੇ ਅੰਦਰ ਜਿੱਥੇ ਆਪਾਂ ਨੂੰ ਮਾਨਸਦੇਹੀ ਮਿਲੀ ਹੈ ਨਾ, ਕਲਯੁਗ ਦੇ ਵਿੱਚ ਭਗਤੀ ਸਫਲੀ ਬਹੁਤ ਹੁੰਦੀ ਹੈ। ਅਬ ਕੱਲੂ ਆਇਓ ਇੱਕ ਨਾਮ ਬੋਵੋ ਬੋਵੋ, ਅਨਰੂਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ, ਮਤਾ ਭੁੱਲ ਜਾਇਓ ਹੋਰ ਕੋਈ ਰੁੱਤ ਨਹੀਂ ਹੈ। ਸਤਿਸੰਗਤ ਜੀ ਮਹਾਰਾਜ ਕਿਰਪਾ ਕਰਨ, ਆਪਾਂ ਨੂੰ ਕਿਰਤ ਕਰਨ ਕਰਨ, ਵਾਹਿਗੁਰੂ ਜੀ ਕਾ ਖਾਲਸਾ।